ਅੱਗੀ ਵਿੱਚ ਤਬੇਲੇ ਦੇ ਖੜੀ ਰਹਿਣੀ ਕੋਈ ਰੋਜ ਤੂੰ ਸੜਕ ਤੇ ਸੈਰ ਕਰ ਲੈ ਬੱਗੀ ਵਿੱਚ ਤਬੇਲੇ ਦੇ ਖੜੀ ਰਹਿਣੀ ਛੱਡ ਜਾਣ ਬਾਜ਼ਾਰ ਨੂੰ ਬਾਣੀਏ ਜੋ ਵੱਡਾ ਤਤੜੀ ਸੇਰ ਨਾ ਧੜੀ ਰਹਿਣੀ ਓ ਆਖਰੀ ਉਮਰ ਦੀ ਡੋਰ ਨੇ ਟੁੱਟ ਜਾਣਾ ਗੁੱਡੀ ਜੱਗ ਤੇ ਸਦਾ ਨਹੀਂ ਚੜੀ ਰਹਿਣੀ ਦਾਰੂ ਬੂਟੀਆਂ ਲੱਖ ਇਲਾਜ ਕਰਨੀ ਜਿੰਦ ਨਹੀਂ ਹਕੀਮ ਤੋਂ ਫੜੀ ਰਹਿਣੀ ਜਿੰਦ ਨਹੀਂ ਹਕੀਮ ਤੋਂ ਫੜੀ ਰਹਿਣੀ ਉਸ ਮਿਸਤਰੀ ਬੜੀ ਕਮਾਲ ਕੀਤੀ ਤੇ ਪੁਤਲਾ ਸਾਜਿਆ ਜਿਨੇ ਇਨਸਾਨ ਦਾ ਏ ਕੋਈ ਆਖਦਾ ਇਸ ਵਿੱਚ ਰੱਬ ਰਹਿੰਦਾ ਤੇ ਕੋਈ ਆਖਦਾ ਘਰ ਸ਼ੈਤਾਨ ਦਾ ਏ ਕੋਈ ਆਖਦਾ ਮਿੱਟੀ ਦੀ ਮੁੱਠ ਹੈ ਤੇ ਕੋਈ ਆਖਦਾ ਰੂਪ ਭਗਵਾਨ ਦਾ ਏ ਕੋਈ ਨਹੀਂ ਕਿਸੇ ਨੂੰ ਪਤਾ ਜਰਨੈਲ ਸਿੰਘਾ ਤੇ ਘੜਨ ਵਾਲਾ ਈ ਸਭ ਕੁਝ ਜਾਣਦਾ ਏ ਘੜਨ ਵਾਲਾ ਈ ਸਭ ਕੁਝ ਜਾਣਦਾ ਏ ਤੇਰੇ ਤਾਰੀ ਉੱਤੇ ਸ਼ਰਧਾ ਨਾ ਸੀ ਸਜੋ ਚਕਾਉਂਦਾ ਮੂੰਹੋਂ ਮੰਗੀਆਂ ਮਰਾਦਾਂ ਤੇਰੇ ਦਰੋਂ ਦਾਤਾ ਪਾਉਂਦਾ ਮੂੰਹੋਂ ਮੰਗੀਆਂ ਮਰਾਦਾਂ ਤੇਰੇ ਦਰੋਂ ਦਾਤਾ ਪਾਉਂਦਾ ਉੱਠ ਪਵੇ ਦਾਤਾ ਦਿਨਾਂ ਵਿਚਾਰਿਆਂ ਉੱਤੇ ਤੇਰੀ ਕਰਮ ਨਵਾਜੀ ਬੇਸਹਾਰਿਆਂ ਉੱਤੇ ਤੇਰੀ ਕਰਮ ਨਵਾਜੀ ਬੇਸਹਾਰਿਆਂ ਉੱਤੇ ਤੇਰੇ ਦਾਰੀ ਉੱਤੇ ਸ਼ਰਧਾ ਨਾ ਸੀ ਸਜੋ ਚਤਾਉਂਦਾ ਮੂੰਹੋਂ ਮੰਗੀਆਂ ਮਰਾਦਾਂ ਤੇਰੇ ਦਰੋਂ ਦਾਤਾ ਪਾਉਂਦਾ ਮੂੰਹੋਂ ਮੰਗੀਆਂ ਮਰਾਦਾਂ ਤੇਰੇ ਦਰੋਂ ਦਾਤਾ ਪਾਉਂਦਾ ਉੱਠ ਪਵੇ ਦਾਤਾ ਦਿਨਾਂ ਵਿਚਾਰਿਆਂ ਉੱਤੇ ਤੇਰੀ ਕਰਮ ਨਵਾਜੀ ਬੇਸਹਾਰਿਆਂ ਉੱਤੇ ਤੇਰੀ ਕਰਮ ਨਵਾਜੀ ਬੇਸਹਾਰਿਆਂ ਉੱਤੇ ਜੀਦਾ ਕੋਈ ਨਾ ਸਹਾਰਾ ਉਹਦਾ ਬਣੇ ਆਸਰਾ ਜਿਹੜਾ ਕਰਮਾਂ ਦਾ ਮਾਰਾ ਉਸਦਾ ਬਣੇ ਢਾਸਰਾ ਜਿਹੜਾ ਕਰਮਾਂ ਦਾ ਮਾਰਾ ਉਹਦਾ ਬਣੇ ਢਾਸਰਾ ਉਹ ਕਰੇ ਨਜ਼ਰੀ ਸਿਵੱਲੀ ਤੂੰ ਨਕਾਰਿਆਂ ਉੱਤੇ ਤੇਰੀ ਕਰਮਾਂ ਤੇਰੀ ਕਰਮਾਂ ਨਵਾਜੀ ਬੇਸਹਾਰਿਆਂ ਉੱਤੇ ਤੇਰੀ ਕਰਮ ਨਵਾਜੀ ਬੇਸਹਾਰਿਆਂ ਉੱਤੇ ਉਹ ਕੀਤਾ ਯਾਦ ਪ੍ਰਹਲਾਦ ਨੂੰ ਦਦਾਰ ਹੋ ਗਏ ਥੰਮ ਤਪਦੇ ਪਾਲਾਂ ਚ ਠੰਡੇ ਠਾਰ ਹੋ ਗਏ ਥੰਮ ਤਪਦੇ
ਪਾਲਾਂ ਚ ਠੰਡੇ ਠਾਰ ਹੋ ਗਏ। ਬੇੜੀ ਡੁੱਬਦੀ ਜੋ ਲੱਗ ਗਈ ਕਿਨਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ। ਮੀਂਹ ਪਾਣਾ ਵਸੇ ਵਧੇ ਅਣਤਾਂ ਦੀ ਔੜ ਜੇ, ਜਦੋਂ ਭੀਲਣੀ ਪਕਾਰੇ ਉਦੋਂ ਪੈਂਦਾ ਬਹੋੜ ਜੇ, ਜਦ ਭੀਲਣੀ ਪਕਾਰੇ ਉਦੋਂ ਪੈਂਦਾ ਬਹੋੜ ਜੇ। ਹੋਰੀ ਚੀਪਲਾ ਵਿੱਚ ਤਰਲੇ ਗੁਜ਼ਾਰਿਆਂ ਉੱਤੇ, ਰੀਜੇ ਪਲਾ ਵਿੱਚ ਤਰਲੇ ਗੁਜ਼ਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ। ਕੁੱਲੀ ਲਾਲੋ ਦੀ, ਕੁੱਲੀ ਲਾਲੋ ਦੀ ਚ ਬੈਠਣਾ ਪਸੰਦ ਕਰਦਾ, ਨਹੀਂ ਸੀ ਖਾਦਾ ਪ੍ਰਸ਼ਾਦ ਪਾਕੋਆਂ ਦੇ ਘਰ ਦਾ, ਨਹੀਂ ਸੀ ਖਾਦਾ ਪ੍ਰਸ਼ਾਦ ਪਾਕੋਆਂ ਦੇ ਘਰ ਦਾ। ਉਹ ਨਹੀਂ ਰੀਝਦਾ ਤੂੰ ਉੱਚਿਆਂ ਚੁਬਾਰਿਆਂ ਉੱਤੇ, ਤੇਰੀ ਕਰਮਾ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ। ਜਦੋਂ ਰਾਜਾ ਸੀ ਪੱਟੀ ਦਾ ਕਹਿਰਵਾਨ ਹੋ ਪਿਆ, ਉਦੋਂ ਸ਼ਾਮਾ ਸ਼ਾਮਾ ਜਿਮੀ ਅਸਮਾਨ ਰੋ ਪਿਆ, ਉਦੋਂ ਸ਼ਾਮਾ ਸ਼ਾਮਾ ਜਿਮੀ ਅਸਮਾਨ ਰੋ ਪਿਆ। ਥੋੜਾ ਰਜਨੀ ਉਠਾਇਆ ਜਦੋਂ ਖਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ। ਅਨੂਪ ਤੇ ਅਨੇਕਾਂ ਰੰਗ ਹੈ ਤੇਰੇ ਰੂਪ, ਤੇਰੇ ਰੂਪ ਅਨੂਪ ਤੇ ਅਨੇਕਾਂ ਰੰਗ ਹੈ, ਤੇਰਾ ਅਸਲ ਨਿਵਾਸ ਵਿੱਚ ਸਤ ਸੰਗ ਹੈ, ਤੇਰਾ ਅਸਲ ਨਿਵਾਸ ਵਿੱਚ ਸਤ ਸੰਗ ਹੈ। ਜਿਵੇਂ ਚੰਦ ਅਸਮਾਨ ਵਿੱਚ ਤਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ। ਉਹ ਤੇਰੀ ਮਿਹਰ ਹੋਵੇ ਦਾਤਾ ਜੀ, ਤੇਰੀ ਮਿਹਰ ਹੋਵੇ ਤੋਤੇ ਵਾਂਗ ਗੂੰਗਾ ਬੋਲਦਾ, ਫੋਲ ਫੋਲ ਗੁਰਹਾਈਆਂ ਗੁੱਜੇ ਭੇਤ ਖੋਲਦਾ, ਫੋਲ ਫੋਲ ਗ੍ਰਹਾਈਆਂ ਗੁੱਜੇ ਭੇਤ ਖੋਲਦਾ। ਹੱਥੀ ਪਾਉਂਦਾ ਬਲਹੀਨ ਹੰਕਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ। ਫਿਰ ਕਹਿੰਦਾ ਕਵੀ ਜਰਨੈਲ ਬੇਸ਼ਮਾਰ ਬਖਸ਼ੇ, ਕਹਿੰਦਾ ਕਵੀ ਜਰਨੈਲ ਬੇਸ਼ਮਾਰ ਬਖਸ਼ੇ, ਅਨਪੜਾਂ ਨੂੰ ਗਿਆਨ ਦੇ ਭੰਡਾਰ ਬਖਸ਼ੇ, ਅਨਪੜਾਂ ਨੂੰ ਗਿਆਨ ਦੇ ਭੰਡਾਰ ਬਖਸ਼ੇ। ਰੱਖੇ ਨਜ਼ਰ ਸਵੱਲੀ ਦੇ ਗਵਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ, ਤੇਰੀ ਕਰਮਾ ਨਵਜੀ ਬੇਸਹਾਰਿਆਂ ਉੱਤੇ। ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਹਾਜ਼ਰੀ ਭਰ ਰਹੇ। ਬਹੁਤ ਆਦਰਯੋਗ ਸਤਿਕਾਰਯੋਗ ਗੁਰੂ ਸਾਰੇ ਖਾਲਸਾ ਜੀ, ਸਾਡੇ ਵੱਡੇ ਭਾਗ ਨੇ ਜੋ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਬਣਾਉਣ ਵਾਸਤੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਇਕੱਤਰ ਹੋਣ ਦਾ ਸਬੱਬ ਗੁਰੂ ਪਾਤਸ਼ਾਹ ਨੇ ਆਪਣੀ ਰਹਿਮਤ ਕਿਰਪਾ ਦੁਆਰਾ ਅੱਜ ਸਾਨੂੰ ਸੰਸਾਰੀ ਜੀਵਨ ਨੂੰ ਬਖਸ਼ਿਸ਼ ਕੀਤਾ ਹੈ। ਵੱਡਿਆਂ ਭਾਗਾਂ ਵਾਲੇ ਹਾਂ, ਗੁਰੂ ਦੀ ਗੋਦ ਵਿੱਚ ਬੈਠ ਕੇ
ਸਿੱਖੀ ਦੀਆਂ ਪਰੰਪਰਾਵਾਂ ਦੇ ਪਹਿਰੇਦਾਰ ਬਣਨ ਵਾਲੇ ਮਹਾਨ ਸੂਰਬੀਰ ਬਹਾਦਰ ਸ਼ਹੀਦ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ ਔਰ ਭਾਈ ਕੇਰ ਸਿੰਘ ਜੀ, ਕੌਮ ਦਾ ਮਾਣ, ਜਿਨ੍ਹਾਂ ਮਰਦਾਂ ਨੇ, ਜਿਨ੍ਹਾਂ ਸੂਰਮਿਆਂ ਨੇ ਕੌਮ ਦੀ ਲੱਥੀ ਹੋਈ ਪੱਗ ਦੁਬਾਰਾ ਕੌਮ ਦੇ ਸਿਰ ਉੱਪਰ ਰੱਖੀ, ਇੰਦਰਾ ਦੀ ਹਿੱਕ ਵਿੱਚ ਗੋਲੀਆਂ ਮਾਰ ਕੇ, ਅੱਜ ਉਹਨਾਂ ਮਰਦਾਂ ਦੀ ਯਾਦ, ਉਹਨਾਂ ਬਹਾਦਰਾਂ ਦੀ ਮਿੱਠੀ ਯਾਦ ਨੌਜਵਾਨ ਚੜ੍ਹਦੀ ਕਲਾ ਸੇਵਕ ਸਭਾ ਫਰਾਂਸ ਔਰ ਸਾਰੀ ਹੀ ਇੱਥੋਂ ਦੀ ਸੰਗਤ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਸ਼ਹੀਦੀ ਸਮਾਗਮ ਗੁਰੂ ਕੀ ਸੰਗਤ ਨੂੰ ਉਹਨਾਂ ਬਹਾਦਰਾਂ ਦੇ ਕਰਨੀ ਨਾਮੇ ਨਾਲ ਜੋੜਨ ਵਾਸਤੇ, ਇਤਿਹਾਸ ਨਾਲ ਜੋੜਨ ਵਾਸਤੇ ਪ੍ਰਬੰਧਕ ਜਣਾਂ ਵੱਲੋਂ, ਜ਼ਿੰਮੇਵਾਰ ਸੱਜਣਾਂ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਔਰ ਰੱਖਿਆ ਗਿਆ। ਆਪਾਂ ਸਾਰੇ ਹੀ ਵੱਡਿਆਂ ਕਰਮਾਂ ਵਾਲੇ ਹਾਂ ਜੋ ਸਤਿਗੁਰਾਂ ਨੇ ਰੀਝ ਕੇ ਸਾਨੂੰ ਸ਼ਹੀਦਾਂ ਦੀ ਯਾਦ ਵਿੱਚ ਬੈਠਣ ਦਾ ਸੁਭਾਗ ਸਮਾਂ ਇਹ ਅਵਸਰ ਬਖਸ਼ਿਸ਼ ਕੀਤਾ ਹੈ, ਜਿਨ੍ਹਾਂ ਨੇ ਆਪਣਾ ਜੀਵਨ, ਆਪਣੀ ਜ਼ਿੰਦਗੀ ਕੌਮ ਦਾ ਭਵਿੱਖ ਸਵਾਰਨ ਵਾਸਤੇ ਨਿਛਾਵਰ ਕੀਤੀ ਔਰ ਐਸੀ ਕਰਨੀ ਕਰਕੇ ਇਤਿਹਾਸ ਵਿੱਚ ਸਦੀਵੀ ਰਹਿਣ ਜੋਗਾ ਨਾ ਛੱਡਿਆ। ਅਸੀਂ ਉਹਨਾਂ ਬਹਾਦਰਾਂ ਦੀ ਯਾਦ ਵਿੱਚ ਜ਼ਿੰਦਗੀ ਦੇ ਕੁਝ ਸਵਾਸ, ਕੁਝ ਪਲ ਸਫਲੀਆਂ ਬਣਾਉਣ ਵਾਸਤੇ ਪਹੁੰਚੇ ਹਾਂ। ਸਾਰਿਆਂ ਨੂੰ ਜੀਓ ਆਇਆਂ ਕਹਿੰਦਾ ਹੈ। ਆਓ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸਾਡੀ ਔਰ ਆਪਣੀ ਹਾਜ਼ਰੀ ਲਵਾਓ। ਕੋਈ ਵੀ ਸਾਧ ਸੰਗਤ ਵਾਂਝਾ ਨਾ ਰਹੇ। ਦੋ ਵਾਰ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਕੇ ਮੁੱਖ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਰਹਿਮਤਾਂ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਗੁਰਸਿੱਖੀ ਜੀਵਨ ਦੀਆਂ ਦਾਤਾਂ ਸਤਿਗੁਰੂ ਪਾਤਸ਼ਾਹ ਸਾਰਿਆਂ ਨੂੰ ਦੇ ਕੇ ਨਿਵਾਜਣ। ਇਹ ਪ੍ਰੀਤ, ਇਹ ਪਿਆਰ ਮਾਲਕ ਦੇ ਚਰਨਾਂ ਨਾਲ ਇਸੇ ਤਰ੍ਹਾਂ ਬਣਿਆ ਰਹੇ। ਭਵਿੱਖ ਵਿੱਚ ਵੀ ਅਸੀਂ ਫੁਰਸਤ ਭਰੇ ਸਮੇਂ ਵਿੱਚੋਂ ਕੁਝ ਪਲ ਕੱਢ ਕੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀਆਂ ਅਸੀਸਾਂ ਲੈਣ ਵਾਸਤੇ ਦਾਤੇ ਦੇ ਦਰਬਾਰ ਦੀ ਇਸੇ ਤਰ੍ਹਾਂ ਪਿਆਰ ਨਾਲ ਹਾਜ਼ਰੀ ਭਰਦੇ ਰਹੀਏ। ਸਾਧ ਸੰਗਤ, ਮੈਨੂੰ ਪ੍ਰਬੰਧ ਕੀਤਾ ਗਿਆ ਹੈ ਜੋ ਇਤਿਹਾਸ ਮੈਂ ਆਪ ਜੀ ਦੇ ਪਾਵਨ ਚਰਨਾਂ ਵਿੱਚ ਸਾਂਝਾ ਕਰਨਾ ਹੈ। ਵੀਰਾਂ ਦੇ ਲੱਗੇ ਹੋਏ ਹੁਕਮ ਅਨੁਸਾਰ ਉਹਦੀ ਆਰੰਭਤਾ ਕਰਕੇ ਉਹਨੂੰ ਪੂਰਨ ਮੁਕੰਮਲ ਰੂਪ ਵਿੱਚ ਆਪ ਜੀ ਦੇ ਪਾਵਨ ਚਰਨਾਂ 'ਚ ਪੜ੍ਹ ਕੇ ਤੁਹਾਡੀਆਂ ਅਸੀਸਾਂ ਔਰ ਤੁਹਾਡੀਆਂ ਖੁਸ਼ੀਆਂ ਦਾ ਪਾਤਰ ਬਣਨ ਦਾ ਦਾਸ ਯਤਨ ਕਰੇ। ਪਹਿਲੀ ਵਾਰੀ ਯੂਰਪ ਦੀ ਸੰਗਤ ਦੇ ਮੋਹ ਭਰੇ ਬੁਲਾਵੇ ਨੂੰ ਪ੍ਰਵਾਨ ਕਰਕੇ ਗੁਰੂ ਦਰ ਦਾ ਸੇਵਾਦਾਰ, ਤੁਹਾਡੇ ਇਸ ਇਲਾਕੇ ਵਿੱਚ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚਿਆ। ਖਾਲਸਾ ਜੀ, ਇਹ ਸਮਾਂ ਸਬੱਬ ਦੇ ਨਾਲ ਬਖਸ਼ਿਸ਼ ਹੁੰਦਾ ਹੈ। ਗੁਰੂ ਨੇ ਕਿਰਪਾ ਕੀਤੀ ਹੈ, ਜਿਤਨੇ ਕੁ ਦਿਨ ਸੰਗਤ ਵਿੱਚ ਵਿਚਰਨ ਦਾ ਮੌਕਾ ਮਿਲਿਆ, ਸੰਗਤ ਦੇ ਹੁਕਮ ਅਨੁਸਾਰ ਗੁਰੂ ਕਾ ਹਰ ਜਸ ਸੂਰਮਿਆਂ ਦੀਆਂ ਵਾਰਾਂ, ਸਿੱਖ ਇਤਿਹਾਸ ਆਪ ਜੀ ਦੇ ਨਾਲ ਸਾਂਝਿਆਂ ਕਰਕੇ ਇਸੇ ਤਰ੍ਹਾਂ ਤੁਹਾਡਾ ਪਿਆਰ ਪ੍ਰਾਪਤ ਕਰਨ ਦਾ ਉਦਮ ਅਤੇ ਯਤਨ ਕਰਦਾ ਰਹਾਂਗਾ। ਜੋ ਬੁੱਧੀ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਜੋ ਇਤਿਹਾਸ ਵਿੱਚੋਂ ਸੱਚ ਲੱਭਾ ਹੈ ਜਾਂ ਜੋ ਸਮਾਜ ਵਿੱਚੋਂ ਸੱਚ ਲੱਭਾ ਹੈ, ਵਕਤਾਂ ਦਾ ਫਰਜ਼ ਬਣਨ ਦਾ ਉਹ ਸੰਗਤ ਦੀ ਨਜ਼ਰ ਕੀਤਾ ਜਾਏ। ਇਹ ਦੋਵੇਂ ਤਰ੍ਹਾਂ ਦੀਆਂ ਸੱਚਾਈਆਂ ਇਤਿਹਾਸਕ ਔਰ ਸਮਾਜਿਕ ਆਪ ਜੀ ਦੇ ਪਾਵਨ ਚਰਨਾਂ ਵਿੱਚ ਸਾਂਝਾ ਕਰਨ ਦਾ ਯਤਨ ਕਰਾਂਗਾ। ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ, ਮੈਂ ਸਮਝਦਾ ਉਹ ਸਟੇਜ ਅਧੂਰੀ ਹੈ ਜਿੱਥੇ ਉਸ ਧਰਮੀ ਦਾ ਜਸ ਨਹੀਂ ਗਾਇਆ ਜਾਂਦਾ, ਜਿੱਥੇ ਉਸ ਮਰਦ ਦੀ ਗੱਲ ਨਹੀਂ ਕੀਤੀ ਜਾਂਦੀ। ਮੈਂ ਰਾਤ ਸਾਹ ਸੰਗਤ ਜਦੋਂ ਆ ਕੇ ਪਹੁੰਚਿਆ, ਬੜਾ ਪਿਆਰ ਗੁਰੂ ਕੀ ਸੰਗਤ ਨੇ ਜ਼ਿੰਮੇਵਾਰ ਸੱਜਣਾਂ ਨੇ ਦੇ ਕੇ ਨਿਵਾਜਿਆ। ਹਜ਼ੂਰ ਦੇ ਪਾਵਨ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਮੈਂ ਪੌੜੀਆਂ ਚੜ੍ਹ ਰਿਹਾ ਸਾਂ। ਸਾਹਮਣੇ ਤਸਵੀਰ ਲੱਗੀ ਉਹਨਾਂ 13 ਸਿੰਘਾਂ ਦੀ, ਜੋ 1978 ਦੀ ਵਿਸਾਖੀ ਨੂੰ ਨਕਲੀ ਨਿਰੰਕਾਰੀਆਂ ਵੱਲੋਂ ਗੋਲੀਆਂ ਚਲਾ ਕੇ ਸ਼ਹੀਦ ਕੀਤੇ ਗਏ। ਉਹਨਾਂ ਸੂਰਮਿਆਂ ਦੀ ਯਾਦ ਤੁਹਾਡੇ ਦਿਲਾਂ ਵਿੱਚ ਵੱਸਦੀ ਹੈ। ਉਹ ਸਾਹਮਣੇ ਲੱਗੀ ਹੋਈ ਤਸਵੀਰ ਜਿਹੜੀ ਇਸ ਗੱਲ ਦਾ ਬਹੁਤ ਵੱਡਾ ਪ੍ਰਮਾਣ ਹੈ, ਕਿਉਂਕਿ ਤੁਸੀਂ ਅਖਲਾਕੀ ਲੋਕ ਹੋ, ਗੈਰਤਮੰਦ ਲੋਕ ਹੋ, ਧਰਮ ਨਾਲ ਜੁੜੇ ਹੋਏ ਲੋਕ ਹੋ ਔਰ ਜਿਹੜੀਆਂ ਪੈੜਾਂ ਇਹਨਾਂ ਸੂਰਮਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਪਾਈਆਂ, ਉਹਨਾਂ ਦੇ ਕਰਨੀ ਨਾਮੇ ਦਾ ਸਤਿਕਾਰ ਕਰਨ ਵਾਸਤੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਵਾਸਤੇ ਆਪ ਇਸੇ ਤਰ੍ਹਾਂ ਸੱਤ ਸੰਗਤ ਵਿੱਚ ਜੁੜ ਕੇ ਲਾਹਾ ਲੈਣ ਦਾ ਯਤਨ ਕਰਦੇ। ਮੈਂ ਮੁੜ ਕੇ ਜਦੋਂ ਪੌੜੀਆਂ ਤੋਂ ਸਾਹਮਣੇ ਤੱਕਿਆ ਤਾਂ ਅਗਲੀ ਤਸਵੀਰ ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ।
संत बाबा जरनैल सिंह खालसा पिंडरां वाला वह मर्द है, वह बहादुर है, जिहदे वर्गा दुनिया में इको एक जरनैल पैदा होया वह संत बाबा जरनैल सिंह पिंडरां वाला है, दूजा नहीं हो सकता। अज कौम बर्बादी के कंधे ते खड़ी, 78% पंजाब की जवानी समैक वर्गा यहर अपनी जबान ते रची बैठी है। एक डॉक्टर ने किताब लिखी है नशिया तेरी यो कहानी, वो उहदे विच बड़ा खुल के लिखता है भी समैक वर्गा यहर जिहड़े बंदे की जबान ते टिक गया उहदी जिंदगी 4 या 5 साल की है, इदों वध नहीं। भाव इहो जिहा यहर जिहड़ा ग्रहण करता है, जिहड़ा सेवन करता है, मानो अपने हत्थां नाल मौत का कुंडा खड़का रहा। यह क्यों हो रहा है? क्योंकि अज साढ़े कोले बाबा कौम संत बाबा जरनैल सिंह पिंडरां वालिया वर्गा कोई कौमी आगू नहीं, कोई नेक लीडर नहीं। आगू दलेर होण, आगू नेक होण ते कमजोर कौमां भी बहुत वड्डियां वड्डियां प्राप्तियां कर जांदियां। अगर कौम बहादुरां दी होवे ते आगू निकम्मे होण, कौमां रसातल दे टोए विच डुब मरदियां। अज कौम आगूआं तों सखणी है, साडे आगू जिम्मेवारियां नूं भुल के ऐसा गलत रस्ता अख्तियार करी बैठे है, जमीन जायदाद ते जोड़ लैणगे पर जिहड़ा काला इतिहास कौम नाल तरोह करके उह लिख रहे ने, साडियां आउण वालियां नसलां खून दे हंजू बहाउणगियां जदों उहनां दीआं कालीआं करतूतां हिस्टरी विचों पड़ियां। उस नूं कोटी कोटी प्रणाम है जिन्हें कौम की जवानी नूं लामबंद करके प्रेरित करके केसरी परचम केसरी झंडे दे थले एकत्र कीता है, संत बाबा जरनैल सिंह खालसा पिंडरां वाले। मैं आरंभता करनी है 1978 दे साके तो, और ये सारे मजमून नूं सारे प्रकरण नूं अज दे संदर्भ विच अज दे मौके तक जो मेरे वीरां दा हुक्म लगा है, मैं अपनी तुश बुद्धि अनुसार बहादुरां दा जस तुहाडे वड वडेरियां दी गल तुहाडी कचहरी च सांझा करके तुहाडे तों सीसां लैणियां चाहुंदा। नकली निरंकारी गुरबचन सेंटर सरकार की शह, और पंजाब गौरमेंट ने भी उन्होंने उकसाया, पंजाब की धरती से वह अपने समागम रख लगा। संत बाबा जरनैल सिंह पिंडरां वाले उन्होंने दिनों में श्री अमृतसर साहब की धरती से सन। 1978 की विसाखी का दिन जिहड़ा है वह तकरीबन चढ़न वाला है। दमदमी टकसाल की साध संगत एक रवायत है, जदों भी विसाखी का पावन दिहाड़ा आना है उदों 5 दिन पहला दमदमी टकसाल का आगू अपने हजूरी सेवादारा नूं साथियों नूं नाल लैके सचखंड हरिमंदर साहब की पावन बारगाह विच आउंदा है, मंजी साहब दीवान सजदा है। संत बाबा जरनैल सिंह पिंडरां वाले भी उस रवायत के पहरेदार बने। 1978 की विसाखी तो करीब 5 दिन पहला संत बाबा जरनैल सिंह खालसा पिंडरां वाले और उन्होंने सहयोगी सिंह जिहड़े ने वह श्री अमृतसर साहब की पवित्र धरती ते आए, मंजी साहब की स्टेज पर दीवान सजिया सी, पंथक आगू पंथक बुलारे कौमी हितां की खातर कौम नूं लामबंद करन वास्ते अपने अपने विचार पेश कर रहे सन। उस वक्त एक गुरु का लाल एक चढ़दी कला वाला सिंह संत बाबा जरनैल सिंह पिंडरां वालियां दे पावन चरणां विच पहुंचे, शीश झुकाया फतेह बुलाई। उन्हें एक दुख भरी खबर बाबा कौम संत बाबा जरनैल सिंह पिंडरां वालियां नूं दसी है मंजी साहब की स्टेज पर, क्या संत जी मैं बड़े दुख नाल मेरी जबान नहीं बयान कर सकती, मैं दसन लगा है। दिल ते उन्हें हाथ रखिया और अपनी जबान तो बचने नरकधारी की काली करतूत का काला चिट्ठा संतां दे दरबार विच सुनाउन लगा। उन्हें दस दिता सरकारी शह ते अमृतसर की धरती ते पुतली घर के नज़दीक बचना नरकधारी कूड़ का प्रचार कर रहा है, और तन तन गुरु ग्रंथ साहिब पातशाह महाराज जी की कोर बेअदबी ते कोर निरादर कर रहे। ये बजना नरकधारी छाती ते हाथ मार के कहिंदा सी मैं अपना मिशन हिंदुस्तान की धरती ते चलाउण लगा, दुनिया की कोई ताकत मेरे मिशन नूं फेल नहीं कर सकती, जो मैं करना चाहुंदा मैं अपने मिशन विच पूरा खरा उतरा। गुरु ग्रंथ साहिब पातशाह महाराज जी का पावन स्वरूप सिखां दा इष्ट, हर गुरु का सिख अदब नाल गुरु ग्रंथ साहिब पातशाह महाराज जी नूं शरदा दे नाल शीश झुका के नमस्कार करता है। बाणी ज्ञान का सोमा, ज्ञान का वगदा होया सागर है। संसार विच इको एक धर्म है सिख धर्म, जिहड़ा शब्द की आड़ शब्द के चानण विच अपने जीवन दीआं घड़ियां नूं गुजारदा है। इहो जिहा ज्ञान का सोमा धर्म बड़े ने सारे संसार विच, सारे अपनी अपनी महत्ता रखते हैं,
ਉਹਨਾਂ ਦਾ ਸਿਧਾਂਤ ਉਹਨਾਂ ਦਾ ਇਤਿਹਾਸ ਵੱਖਰਾ ਹੈ। ਪਰ ਯਾਦ ਰੱਖੋ ਇਹੋ ਜਿਹਾ ਗਿਆਨ ਦਾ ਖਜ਼ਾਨਾ ਹੈ ਦੁਨੀਆ ਦੇ ਸਿੱਖ ਧਰਮ ਨੂੰ ਛੱਡ ਕੇ ਬਾਕੀ ਕਿਸੇ ਧਰਮ ਦੇ ਕੋਲ। ਅੱਜ ਵਿਗਿਆਨਕ ਪੱਖ ਨੂੰ ਮੁੱਖ ਰੱਖ ਕੇ ਬੁੱਧੀਜੀਵੀ ਲੋਕ ਚਾਹੇ ਉਹ ਕਿਸੇ ਵੀ ਧਰਮ ਵਿੱਚ ਪੈਦਾ ਹੋ ਰਹੇ ਨੇ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਾਣੀ ਰੂਪੀ ਗਿਆਨ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਦੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਉੱਪਰੋਂ ਦੀ ਲੰਘ ਕੇ ਗੱਡੀ ਵਿੱਚ ਚੜ੍ਹਨਾ ਇਹ ਬਚਨੇ ਨਰਕਧਾਰੀ ਦੀ ਪਹਿਲੀ ਕਾਲੀ ਕਰਤੂਤ ਹੈ। ਸੱਤ ਸਤਾਰੇ ਸਾਜ ਦਿੱਤੇ, ਉਹ ਗੱਦੀ ਲਾ ਕੇ ਬਹਿੰਦਾ ਹੈ, ਬੜਾ ਪਖੰਡ ਰੱਜਦਾ ਹੈ। ਉਹਨੇ ਐਲਾਨ ਕੀਤਾ ਸਹੁਰਾ ਨੂੰਹ ਦੇ ਪੈਰਾਂ ਨੂੰ ਹੱਥ ਲਾ ਕੇ ਮੱਥਾ ਟੇਕੇ। ਇਹੋ ਜਿਹੀਆਂ ਗਲਤ ਪਰੰਪਰਾਵਾਂ ਬਚਨੇ ਨਰਕਧਾਰੀ ਨੇ ਸਮਾਜ ਵਿੱਚ ਕੂੜ ਦਾ ਪ੍ਰਚਾਰ ਕਰਨ ਵਾਸਤੇ ਲਾਗੂ ਕੀਤੀਆਂ ਸਨ। ਸਿੱਖ ਸਾਰਾ ਕੁਝ ਜਰ ਸਕਦਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਪਮਾਨ ਇਹ ਸਿੱਖ ਨਹੀਂ ਜਰ ਸਕਦਾ। ਸਾਡਾ ਇਤਿਹਾਸ ਪੜ੍ਹ ਕੇ ਦੇਖੋ, ਸਿੱਖ ਦੇ ਸਾਹਮਣੇ ਗੁਰੂ ਦਾ ਅਪਮਾਨ ਹੋਈ ਜਾਏ ਤਾਂ ਉਹ ਚੁੱਪ ਕਰਕੇ ਖਲੋਤਾ ਰਹੇ, ਉਹਨੂੰ ਸਿੱਖ ਕੋਈ ਨਹੀਂ ਆਖੇਗਾ, ਭਾਵੇਂ ਉਹਨੇ ਧਰਮ ਦਾ ਬਾਣਾ ਵੀ ਕਿਉਂ ਨਹੀਂ ਪਾਇਆ। ਧਰਮ ਕਮਾਉਣ ਵਾਲੀ ਚੀਜ਼ ਹੈ, ਵਿਖਾਉਣ ਵਾਲੀ ਨਹੀਂ। ਉਦੋਂ ਧਰਮ ਗਿਰਾਵਟ ਵੱਲ ਜਾਂਦੇ ਹੈ ਜਦੋਂ ਧਰਮਾਂ ਵਿੱਚ ਵਿਖਾਵਾ ਆ ਜਾਏ ਅਤੇ ਧਰਮ ਦੀ ਕਮਾਈ ਕਰਨ ਵਾਲੇ ਵਿਰਲੇ ਰਹਿ ਜਾਣ। ਗੁਰੂ ਕੇ ਸਿੱਖ ਵੇਖ ਰਹੇ ਨੇ ਆਪਣੀਆਂ ਅੱਖਾਂ ਨਾਲ, ਜਰੀ ਨਾ ਗਈ ਕਾਲੀ ਕਰਤੂਤ ਬਜਨੇ ਨਰਕਧਾਰੀ ਦੀ, ਇੱਕ ਗੁਰੂ ਕਾ ਲਾਲ ਦੌੜ ਕੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਦਰਬਾਰ ਵਿੱਚ ਅਪੜਿਆ। ਮੰਜੀ ਸਾਹਿਬ ਦੀ ਸਟੇਜ ਦੀ ਗੱਲ, ਅੰਮ੍ਰਿਤਸਰ ਦੀ ਧਰਤੀ 'ਤੇ ਜਾ ਕੇ ਉਹਨੇ ਸਾਰੀ ਵਾਰਤਾ ਦੱਸੀ। ਮਾਨੋ ਉਹਦੀ ਆਤਮਾ ਕੁਰਲਾਰੀ ਹੈ, ਹੱਥ ਜੋੜ ਕੇ ਵਧੇ ਅਦਬ ਦੇ ਨਾਲ ਸੰਤਾਂ ਦੇ ਸਾਹਮਣੇ ਉਹਨੇ ਆਪਣਾ ਪੱਖ ਰੱਖਿਆ। ਕਹਿੰਦੇ ਉਸ ਵਕਤ ਮਾਲ ਮੰਤਰੀ ਜੀਵਨ ਸਿੰਘ ਉਮਰਾਂ ਨੰਗਲ ਸਟੇਜ 'ਤੇ ਬੋਲ ਰਿਹਾ ਸੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਸੁਣਿਆ ਵੀ ਪੁਤਲੀ ਘਰ ਦੇ ਨਜ਼ਦੀਕ ਬਜਨਾ ਨਰਕਧਾਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੋਰ ਨਿਰਾਦਰ ਕਰ ਰਿਹਾ ਹੈ ਔਰ ਸਿੱਖੀ ਰਵਾਇਤਾਂ ਸਿੱਖੀ ਸਿਧਾਂਤਾਂ ਦੇ ਉਲਟ ਉਹ ਕੂੜ ਦਾ ਪ੍ਰਚਾਰ ਕਰ ਰਿਹਾ। ਸੰਤਾਂ ਨੇ ਆਖਿਆ ਉਹ ਮਾਲ ਮੰਤਰੀ ਉਮਰਾਂ ਨੰਗਲ ਤੇਰੇ ਕੋਲ ਤਾਕਤ ਹੈ, ਤੂੰ ਵਕਤ ਦੀ ਸਰਕਾਰ ਦਾ ਆਲਾ ਵਜ਼ੀਰ ਹੈ, ਬਚਨੇ ਨਰਕਧਾਰੀ ਨੂੰ ਰੋਕਣਾ ਹੈ ਤੇਰਾ ਫਰਜ਼ ਬਣਦਾ ਕਿਉਂਕਿ ਤੇਰੇ ਕੋਲ ਤਾਕਤ ਹੈ। ਕਿੰਨਾ ਬੇਸ਼ਰਮ ਹੋਵੇਗਾ ਉਹ ਬੰਦਾ। ਉਹਨੇ ਕਹਿ ਦਿੱਤਾ ਸੰਤ ਜੀ ਜੇ ਕਿਸੇ ਪਟਵਾਰੀ ਦੀ ਬਦਲੀ ਕਰਨੀ ਹੈ ਮੈਂ ਤੁਰੰਤ ਕਰ ਦਿਆਂਗਾ, ਦੇਰੀ ਨਹੀਂ ਲਾਵਾਂਗਾ, ਪਰ ਧਰਮ ਦਾ ਕੰਮ ਮੈਂ ਰਾਜਨੀਤਿਕ ਬੰਦਾ ਕਦੇ ਨਹੀਂ ਕਰ ਸਕਦਾ। ਰਾਜਨੀਤੀ ਯਾਦ ਰੱਖੋ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਧਰਮ ਦੀ ਵਾੜ ਬਣਾ ਕੇ ਸਿੱਖ ਧਰਮ ਵਿੱਚ ਲਾਗੂ ਕੀਤੀ। ਸ਼ਸਤਰ ਰੱਖਣੇ, ਸੈਨਿਕ ਰੱਖਣੇ ਔਰ ਸਿਆਸਤ ਦੀ ਵਰਤੋਂ ਕਰਨੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇਹ ਤਿੰਨ ਨਵੇਂ ਨਿਯਮ, ਨਵੇਂ ਸਿਧਾਂਤ ਕਹਿ ਲਓ ਕਾਨੂੰਨ ਬਣਾ ਦਿੱਤੇ ਸਨ ਸਿੱਖੀ ਰਵਾਇਤਾਂ ਨੂੰ ਪ੍ਰਚਾਰਨ ਵਾਸਤੇ ਔਰ ਧਰਮ ਨੂੰ ਉਭਾਰਨ ਵਾਸਤੇ। ਅਫਸੋਸ ਹੈ ਉਹ ਰਾਜਨੀਤੀ ਜਿਹੜੀ ਕਦੇ ਧਰਮ ਦੀ ਵਾੜ ਬਣਾ ਕੇ ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖ ਧਰਮ ਵਿੱਚ ਲਾਗੂ ਕੀਤੀ, ਅੱਜ ਉਹ ਰਾਜਨੀਤੀ ਹੀ ਧਰਮ ਵਾਸਤੇ ਬਹੁਤ ਵੱਡਾ ਖਤਰਾ ਬਣੀ ਪਈ ਹੈ। ਜੋ ਕੁਝ ਪੰਜਾਬ ਦੀ ਧਰਤੀ 'ਤੇ ਵਾਪਰ ਰਿਹਾ ਜਾਂ ਸਿੱਖ ਕੌਮ ਵਿੱਚ ਵਾਪਰ ਰਿਹਾ ਆਪ ਪਲੀ ਪ੍ਰਕਾਰ ਜਾਣੂ, ਉਹ ਕੌਮ ਦਾ ਬੱਚਾ ਬੱਚਾ ਇਹਨਾਂ ਘਟਨਾਵਾਂ ਤੋਂ ਇਹਨਾਂ ਗੱਲਾਂ ਤੋਂ ਵਾਕਫ ਹੈ। ਜੀਵਨ ਸਿੰਘ ਉਮਰਾਂ ਨੰਗਲ ਨੇ ਆਖਿਆ ਬਾਬਾ ਪਟਵਾਰੀ ਬਦਲਣਾ ਹੋਵੇ ਮੇਰੇ ਕਲਮ ਦਾ ਕੰਮ ਹੈ, ਮਿੰਟ ਲਵਾਂਗਾ, ਪਰ ਧਰਮ ਦਾ ਕੰਮ ਨਹੀਂ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਰੋਹ ਵਿੱਚ ਆ ਕੇ ਉੱਠੇ, ਮਰਦ ਦੇ ਮੱਥੇ 'ਤੇ ਵੱਟ ਪਏ, ਨੇਤਰਾਂ ਵਿੱਚ ਗੈਰਤ ਦੀ ਲਾਲੀ ਬੱਜੀ। ਮਾਲਵੇ ਦੀ ਧਰਤੀ ਨੂੰ ਸਲਾਮ ਹੈ ਜਿਹਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਰਗਾ ਮਰਦ ਪੈਦਾ ਕੀਤਾ ਹੈ। ਬਰਾੜ ਜੱਟ ਸੀ, ਬਰਾੜ ਖਾਨਦਾਨ ਵਿੱਚ, ਬਰਾੜਾਂ ਦੇ ਸਰਦਾਰ ਘਰਾਣੇ ਵਿੱਚ ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮ ਹੋਇਆ। ਕਦੇ ਪਿਛੋਕੜ ਦਾ ਇਤਿਹਾਸ ਇਸ ਮਰਦ ਦਾ ਵਾਚ ਕੇ ਵੇਖਿਆ ਜਾਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਨੂੰ ਜਦੋਂ ਆਪਾਂ ਪੜ੍ਹਾਂਗੇ ਇੱਕ ਦਾਨ ਸਿੰਘ ਬਰਾੜ ਦਾ ਜ਼ਿਕਰ ਆਉਂਦਾ ਹੈ। ਬਰਾੜਾਂ ਨੇ ਕਹਿੰਦੇ ਮਹਾਰਾਜ ਤੋਂ ਬਿਪਤਾ ਦੇ ਵਕਤ ਤਨਖਾਹਾਂ ਮੰਗ ਲਈਆਂ ਸਨ। ਸੱਚੇ ਪਾਤਸ਼ਾਹ ਲੜਿਆ ਨਹੀਂ ਜਾਂਦਾ, ਮਾਇਆ ਗੁਜਰਾਨ ਹੈ, ਇਸ ਕਰਕੇ ਮਾਇਆ ਦੀ ਲੋੜ ਹੈ। ਕਹਿੰਦੇ ਉੱਧਰੋਂ ਇੱਕ ਸ਼ਰਧਾਲੂ ਸ਼ਰਧਾਵਾਨ ਉਹਨੇ ਬੇਅੰਤ ਮੋਹਰਾਂ ਦਾ ਜ਼ਖੀਰਾ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਭੇਂਟ ਕੀਤਾ। ਬਰਾੜਾਂ ਦੀ ਲੋੜ ਨੂੰ ਮੁੱਖ ਰੱਖ ਕੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਮੋਹਰਾਂ ਵੰਡਣੀਆਂ ਸ਼ੁਰੂ ਕੀਤੀਆਂ। ਆਉਂਦੇ ਨੇ ਬਰਾੜ, ਝੋਲੀ ਅੱਡ ਕੇ ਖਲੋ ਜਾਂਦੇ ਨੇ, ਗੁਰੂ ਜੀ ਤੋਂ ਮੋਹਰਾਂ ਦਾ ਗਫਾ ਲੈ ਕੇ ਪਿੱਛੇ ਪਰਤ ਜਾਂਦੇ। ਕਹਿੰਦੇ ਵਾਰੀ ਵਾਰੀ ਸਾਰਾ ਕਾਰਵਾਂ ਗੁਜ਼ਰਿਆ ਅਤੇ ਮਗਰ ਦਾਨ ਸਿੰਘ ਬਰਾੜ ਖਲੋਤਾ। ਇਤਿਹਾਸ ਦੇ ਵਰਕੇ ਕਹਿੰਦੇ ਉਹਨੇ ਝੋਲੀ ਅੱਡੀ, ਗੁਰੂ ਜੀ ਮੋਹਰਾਂ ਪਾਉਣ ਲੱਗੇ। ਉਹਨੇ ਆਖਿਆ ਸੱਚੇ ਪਾਤਸ਼ਾਹ ਇਸ ਚੀਜ਼ ਦੀ ਲੋੜ ਨਹੀਂ, ਦੁਨਿਆਵੀ ਦੌਲਤ ਫਿਰ ਵੀ ਕਮਾਈ ਜਾ ਸਕਦੀ ਹੈ, ਜੇ ਕਿਰਪਾ ਦੇ ਘਰ ਵਿੱਚ ਮੇਹਰਾਂ ਦੇ ਘਰ ਵਿੱਚ ਆਏ ਹੋ
मैं अदब सह सीस झुका के तुहाडे पावन चरणां दे विच सिखी दी दात मंगदा। मेरे भरावां ने गलती कीती है, कुताही कीती है, खिमा जाचना करो। जे रहमत दे घर विच आयो, कुछ देना चाहुंदे हो ते मैं चाहुंदा मैनूं सिखी दी दात दी। महाराज ने उहनूं घुट के कालजे लाया, कंध थापड़ी वर दित्ता, तूं मालवे विच सिखी रख। मझेलां विच सिखी रखण वाला है बाबा महां सिंह, जिन्हें टुट्टी गंढवाई मुक्तसर दे मैदान विच युद्ध लड़के गुरु जी की शरण में रह के। और मालवे में सिखी रखने का सिरा है बाबा दान सिंह बराड़ में जाता है। विद्वान दसदे कि उस दान सिंह बराड़ की कुल विच जिन्हें मालवे में सिखी रखी बाबा कौम संत बाबा जरनैल सिंह पिंडरां वालियां का जन्म होया। इतिहास के वर्के कहिंदे गैरत खा के मर्द उठिया मथे ते वट पए, तवारीख दसदी है अरदासा सोधन लगा है। मैं जाना है बचने नरक धारी नूं रोकण वास्ते, मरना पए जां मारना पए। मर्द धर्म नूं मुख रखदा सूरमे वास्ते, दमे सौदे सवले हुंदे। इतिहास कहिंदा है हरनाम सिंह नां दा एक गुरमुख प्यारा, यह भी दमदमी टकसाल विच सेवा निभांदा सी। उहने गल विच पल्ला पा के जिउदड़ी कीती, संत जी जे तुहाडा कोई नुकसान हो गया कौम दा लक टुट जाएगा, कोई योग आगू नहीं तुहाडे तों बिना अज कौम दे कोला। इसलिए मैं बेनती करदा है बथेरे ने गुरु के लाल जिहड़े मरन वास्ते तैयार ने धर्म की खातर, तुसीं नहीं जाओ। इतिहास के वर्के दसदे संत बाबा जरनैल सिंह पिंडरां वाले रुक गए। अखंड कीर्तनी जथे दे जथेदार भाई साहब भाई फौजा सिंह और कुछ दमदमी टकसाल के गुरु के लाल ये शांतमई ढंग नाल गुरबाणी पढ़ते हुए सतनाम वाहगुरु का जाप करते, सिख हमेशा अमन का पुजारी है। ये शांति नूं तरजीह दिंदा है, पर जदों सिर तों पानी लंघ जाए फिर तलवार की मोठ नूं हथ पाउणा है। ये भी सूरमे का धर्म है, क्योंकि साडा फलसफा साडा इतिहास गुरु गोबिंद सिंह महाराज का जीवन पढ़ो। गुरु जी ने जफरनामे विच वचन किया, क्यों कर अज हमा हील ते दर गुजस्त, हलाल अस दुर्दन बा शमशीरे दस्त। जदों सारे हीलियां तों पानी लंघ जाए फिर मर्द का धर्म है वह शमशीर दी तेग दी शास्त्र दी वरतों कर सकता। कहिंदे ने तेरह सिंह गुरबाणी पढ़ते हुए सतनाम वाहगुरु का जाप करते, ये बचने नरक धारी का कूड़ का प्रचार बंद कराने वास्ते बड़े अमन शांति दे नाल तुरे। पुलिस भी उस जालम दे वल सी, सरकार भी उस जालम दे वल। जदों सरकारां ही इमानदारी छड़ देन, इंसाफ दा लड़ छड़ देन, जुल्म ते तुल जाण, उदों फिर प्रजा दे घाल लत जांदे। अग्ञानी सूण सिंह सीतल अपनियां वारां दे विच एक बड़ी सुंदर गल लिखदा है, कहिंदा कहना जुल्म दा होर की सीतला बेन्याई जदों हो जाए सरकार। जदों सरकारां बेन्याई ते तुल जाण, धक्केशाही करन लग पैण, अमन दा पल्ला छड़ देण, इंसाफ ना जिहड़े राजां विच रहे उहनां दी बर्बादी दा मुढ बजदा है भाई। पुलिस मूक दर्शक बन के अपनी अखां नाल सारा कोई तकदी रही। उस जालम ने संगीना दे नाल सिख सरदारां दे उपर धावा बोलिया, सिद्धा यह निकलिया कि तेरह सिंह बुरी तरह घायल होए जख्मी होए, आखिर गुरु के लाल सबर रख के जबर सहिंदे हुए शहादत का पवित्र जाम पी के सुरखरू हो के गुरु गोबिंद सिंह पातशाह महाराज की गोद विच जाब राजे। संत बाबा जरनैल सिंह पिंडरां वाले इस घटना के वापर जाने तो बाद गैरत खा के रूह में आम के उठे। ये भी तवारीख के वर्कियां विच पत्रकार दलबीर सिंह ने किताब लिखी है जिदा नाम है नेड़ियों डिठे संत पिंडरां वाले। ये साका मैं उस किताब विचों आप जी दे नाल सांझा कर रहा, वो लिखता है कि जिहड़ा अमृतसर दा मेयर सी डिप्टी सी उहदी गड्डी विच बिठा के बचने नरक धारी नूं पंजाब दीआं हद्दां तों दूर खड़िया, ये सरकार ने साह दिता तो इवें होया। मौके पर सरकार की नहीं सी कर सकती। याद रखो कोई गैर सिख अज भी हिंदुस्तान की धरती से जुल्म करता है जां कोई पाप करता है उन्हों सज़ा भी दी जाती है, पर मुड़ के सहज नहीं उहदी सज़ा दे विच रियायत करके बयान दागिया जाता है कि इस बंदे दे वधिया रवैये दे कारण असी इहदी सज़ा विच कटौती कर लगे हैं, भाव थोड़ी जी सज़ा भुगतन तो बाद ही आजाद हो जाता। गुरु का लाल जिहड़ा धर्म की गल करता है भारत दीआं अदालतां विच इहदे वास्ते कोई भी सत संगत न्याय नहीं। सिखी का प्रचार करने वाले कौम की पीड़ा अपने दिल में लैके विचरन वाले भी लोग भारत की सरकार ने अज जेलां विच डके हुए, सारा कुछ तुहाडियां नज़रां दे सामने। दास दे फादर साहब ज्ञानी जरनैल सिंह सभरा
ਜਿਨ੍ਹਾਂ ਨੇ 112 ਕੈਸਟਾਂ ਔਰ 1 ਦਰਜਨ ਕਿਤਾਬਾਂ ਮਾਰਕੀਟ ਵਿੱਚ ਸਿੱਖ ਇਤਿਹਾਸ ਨੂੰ ਸਮਰਪਿਤ ਗੁਰੂ ਕਾ ਹਰ ਜਸ ਕੌਮੀ ਪ੍ਰਵਾਨਿਆਂ ਦੀਆਂ ਵਾਰਾਂ ਲਿਖ ਕੇ 112 ਕੈਸਟਾਂ ਅਤੇ ਦਰਜਨ ਦੇ ਕਰੀਬ ਉਹਨਾਂ ਦੀਆਂ ਕਿਤਾਬਾਂ ਮਾਰਕੀਟ ਵਿੱਚ ਚੱਲਦੀਆਂ। ਬੜਾ ਪਿਆਰ ਸਾਡੀਆਂ ਕੈਸਟਾਂ ਕਿਤਾਬਾਂ ਨੂੰ ਗੁਰੂ ਕੀ ਸੰਗਤ ਦੇ ਕੇ ਨਵਾਜਦੀ ਹੈ। ਜਿੱਥੇ ਵੀ ਜਾਈਦਾ ਬੜਾ ਪਿਆਰ ਬੜਾ ਹੀ ਮਾਣ ਗੁਰੂ ਕੇ ਲਾਲ ਬਖਸ਼ਿਸ਼ ਕਰਕੇ ਨਵਾਜਦੇ ਨੇ। ਇਸ ਤੁਹਾਡੀ ਕਦਰਦਾਨੀ ਦਾ ਧੰਨਵਾਦ ਕਰਦਾ ਹੈ, ਮੇਰੇ ਹਿਰਦੇ ਵਿੱਚ ਕਦਰ ਹੈ। ਮੈਂ ਗੱਲ ਕੇਵਲ ਇਹ ਕਰਨੀ ਚਾਹੁੰਦਾ, ਬੜੀਆਂ ਮੁਸ਼ਕਲਾਂ ਸਟੇਜ 'ਤੇ ਬੋਲਣ ਵਾਲੇ ਬੁਲਾਰਿਆਂ ਨੂੰ ਵੀ ਆਉਂਦੀ। ਆਹ ਜਿਹੜੀ ਜੋੜੀ ਮੇਰੇ ਮਗਰ ਖਲੋਤੀ ਹੈ ਸਤਸੰਗ, 3 ਵਾਰ ਪੁਲਿਸ ਦੀ ਕੁੱਟ ਉਸ ਜਜਾਰੂ ਯੁੱਗ ਵਿੱਚ ਇਹਨਾਂ ਦੋਵਾਂ ਜਾਣਿਆਂ ਨੇ ਮੇਰੇ ਫਾਦਰ ਸਾਹਿਬ ਦੇ ਨਾਲ ਸਾਡੀ। ਇੱਕ ਬਾਬਾ ਹੌਲਦਾਰ ਧਰਮ ਕੋਟ ਵਾਲਾ, ਉਹਦਾ ਨਾਂ ਤੁਸੀਂ ਸੁਣਿਆ ਹੋਵੇਗਾ, ਬੜਾ ਜ਼ਾਲਮ ਸੀ। ਉਹਨੇ ਜਿਹਨੂੰ ਗ੍ਰਿਫਤਾਰ ਕਰ ਲੈਣਾ ਛੱਡਣਾ ਨਾ। ਮੇਰੇ ਫਾਦਰ ਸਾਹਿਬ ਨੂੰ ਘਰੋਂ ਰਾਤ 8 ਵਜੇ ਚੁੱਕਿਆ। 1 ਮਹੀਨੇ ਬਾਅਦ ਸਾਨੂੰ ਪਤਾ ਲੱਗਾ ਵੀ ਉਹ ਬਾਬੇ ਹੌਲਦਾਰ ਦੇ ਪੰਜੇ ਵਿੱਚ ਹੈ। ਇਹ ਵੀ ਲੋਕਾਂ ਨੇ ਦੱਸਿਆ ਵੀ ਉਹਦੇ ਪੰਜੇ ਵਿੱਚੋਂ ਅੱਜ ਤੱਕ ਕੋਈ ਜਿਉਂਦਾ ਨਹੀਂ ਬਚਿਆ। ਜਿਹਨੂੰ ਫੜਦਾ ਉਹਦਾ ਨਜਾਇਜ਼ ਮੁਕਾਬਲਾ ਬਣਾ ਕੇ ਬਿਨਾਂ ਕਸੂਰ ਤੋਂ ਹੀ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ। ਜਿਹੜੇ ਯੁੱਗਾਂ 'ਚ ਸਾਡੇ ਪਿੰਡ ਵਿੱਚ ਜ਼ਮੀਨ ਦਾ ਰੇਟ 82,000 ਸੀ ਪਰ ਏਕੜ, 3 ਲੱਖ ਰੁਪਈਆ ਵੱਢੀ ਦੇ ਕੇ ਉਹਨਾਂ ਯੁੱਗਾਂ ਵਿੱਚ ਬਾਬੇ ਹੌਲਦਾਰ ਦੇ ਪੰਜੇ ਵਿੱਚ ਇਹ 3 ਬੰਦੇ ਸਾਡੇ ਪਿੰਡ ਦੇ ਮੋਹਤਬਰ ਸੱਜਣਾਂ ਨੇ। ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀ ਉਦੋਂ ਸਰਦਾਰ ਹਰਮਿੰਦਰ ਸਿੰਘ ਗਿੱਲ, ਬੜੀ ਵੱਡੀ ਪੈਰਵਾਈ ਉਸ ਬੰਦੇ ਨੇ ਕੀਤੀ, ਸਾਡੇ ਪਰਿਵਾਰਕ ਸੰਬੰਧ ਵੀ ਨੇ ਉਹਦੇ ਨਾਲ, ਔਰ ਉਸ ਬੰਦੇ ਦੀ ਦੇਣ। ਔਰ ਇੰਨੀ ਵੱਡੀ ਵੇਖੋ ਕਾਨੂੰਨ ਕਿਹੋ ਜਿਹਾ, ਨੇਕ ਬੰਦਿਆਂ ਨੂੰ ਸੱਚ ਦੀ ਗੱਲ ਕਰਨ ਵਾਲਿਆਂ ਨੂੰ ਵੀ ਇੱਥੇ ਦਬਾਇਆ ਜਾਂਦਾ ਹੈ, ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੈ। ਅੱਜ ਵੀ ਕੌਮ ਦਾ ਦਰਦ ਰੱਖਣ ਵਾਲੇ ਲੋਕ ਜੇਲ੍ਹਾਂ ਵਿੱਚ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਹੇ ਨੇ, ਕੋਈ ਉਹਨਾਂ ਦੀ ਸੁਣਵਾਈ ਕਰਨ ਵਾਲਾ ਨਹੀਂ, ਕੋਈ ਨਿਆਂ ਭਾਰਤ ਦੀਆਂ ਅਦਾਲਤਾਂ ਦੇ ਵਿੱਚੋਂ ਨਹੀਂ ਮਿਲਦਾ। ਮੈਂ ਗੱਲ ਕਰ ਰਿਹਾ ਉਹਨਾਂ 13 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਦੀ, ਜਦੋਂ ਰੋਹ ਵਿੱਚ ਆ ਕੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਉੱਠਿਆ, ਸਰਕਾਰ ਜੇ ਕੋਈ ਸਖਤੀ ਦਾ ਕਦਮ ਚੁੱਕਦੀ ਹੋ ਸਕਦਾ ਹੈ, ਇਹ ਘਟਨਾ ਹੀ ਹਿਸਟਰੀ ਵਿੱਚ ਕਦੇ ਨਾ ਵਾਪਰਦੀ। ਮੈਂ ਸਮਝਦਾ ਪ੍ਰਸ਼ਾਸਨ ਔਰ ਸਰਕਾਰ ਦੀ ਅਣਗਹਿਲੀ ਦੇ ਕਾਰਨ, ਕਿਉਂਕਿ ਸਰਕਾਰ ਨੇ ਉਹਨੂੰ ਪੰਜਾਬ ਦੀ ਧਰਤੀ 'ਤੇ ਲਿਆਂਦਾ ਹੈ, ਸਰਕਾਰ ਦੀ ਇਜਾਜ਼ਤ ਦੇ ਨਾਲ ਉਹ ਖੁੱਲ੍ਹ ਕੇ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਿਹਾ ਸੀ। ਇਹ ਗੱਲਾਂ ਗੁਰੂ ਕੇ ਲਾਲਾਂ ਤੋਂ ਜਰੀਆਂ ਨਹੀਂ ਗਈਆਂ। 13 ਸਿੰਘ ਕੁਰਬਾਨੀ ਕਰ ਗਏ, ਸ਼ਹੀਦ ਹੋ ਗਏ। ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਫਿਰ ਰੋਹ ਵਿੱਚ ਆਣ ਕੇ ਉੱਠਿਆ, ਮਰਦ ਸੀ, ਦਮਦਮੀ ਟਕਸਾਲ ਦਾ 14ਵਾਂ ਮੁਖੀ। ਜੇਕਰ ਇਹ ਖਾਸ ਹੈ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ, ਬੜੀ ਵੱਡੀ ਉਹਨਾਂ ਦੀ ਕੌਮ ਨੂੰ ਦੇਣ ਹੈ। ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ, ਉਹਨਾਂ ਦੇ ਰੋਮ ਰੋਮ ਵਿੱਚ ਨਾਮ ਬਾਣੀ ਵਸੀ ਹੋਈ ਹੈ, ਨਿਰੰਤਰ ਜਾਪ ਉਹਨਾਂ ਦੇ ਅੰਦਰ ਚੱਲਦਾ ਰਹਿੰਦਾ ਸੀ। ਜਦੋਂ ਬਹਿ ਜਾਂਦੇ ਉਹਨਾਂ ਦੇ ਸ਼ਰਧਾਲੂ ਦੱਸਦੇ ਹੈ, ਉਹਨਾਂ ਦੇ ਰੋਮਾਂ ਵਿੱਚੋਂ ਵੀ ਗੁਰਬਾਣੀ ਦੀਆਂ ਧੁਨੀਆਂ ਅਤੇ ਸਤਨਾਮ ਵਾਹਿਗੁਰੂ ਦਾ ਜਾਪ, ਕਈਆਂ ਨੇ ਸੁਣਿਆ, ਉਹ ਲੋਕ ਮੋਹਰ ਲਾਉਂਦੇ ਅਤੇ ਪਰਦੇ ਇਸ ਗੱਲ ਦੀ। ਉਹਨਾਂ ਨੇ ਆਪਣੇ ਜੀਵਨ ਵਿੱਚ ਹੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਦੀ ਸ਼ਰਨ ਵਿੱਚ ਆ ਗਏ, ਕਹਿੰਦੇ ਇੱਕ ਪੱਗ ਸੰਤ ਬਾਬਾ ਠਾਕਰ ਸਿੰਘ ਦੇ ਹਥਾਵੇਂ ਦੇ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਇਹ ਵਚਨ ਕੀਤਾ ਸੀ, ਜਦੋਂ ਅਸੀਂ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਈਏ, ਦਚਿੱਤੀ ਵਿੱਚ ਪੈਣ ਦੀ ਲੋੜ ਨਹੀਂ, ਆ ਦਸਤਾਰ ਲੈ ਲਓ, ਇਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਿਰ 'ਤੇ ਵੱਜਣੀ ਚਾਹੀਦੀ। ਇਹ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਿਆਂ ਦਾ ਵਚਨ। ਐਕਸੀਡੈਂਟ ਹੋਇਆ ਲੁਧਿਆਣੇ ਦੇ ਲਾਗੇ, ਇਹ ਜਗਤ ਮੁਸਾਫਰਾਂ ਦੀ ਸਰਾਂ ਏ, ਬੰਦਾ ਆਉਂਦਾ ਏ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਤੁਰ ਜਾਂਦਾ ਹੈ, ਪਰ ਜੇ ਕੋਈ ਧਰਮ ਦਾ ਕੰਮ ਕਰਦਾ ਹੈ, ਨੇਕ ਕਾਰਜ ਕਰਦਾ ਹੈ, ਬੰਦਗੀ ਕਰਦਾ ਹੈ, ਕੌਮ ਦੀ ਵਿਗੜੀ ਸਵਾਰਨ ਲਈ ਯਤਨ ਕਰਦਾ ਹੈ, ਉਹ ਸਦਾ ਜਿਉਂਦਾ ਹੈ, ਸਦਾ ਅਮਰ ਹੈ। ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਬਹੁਤ ਵੱਡੀ ਕੌਮ ਨੂੰ ਦੇਣ ਹੈ, ਉਹਨਾਂ ਵਰਗੇ ਮਹਾਂਪੁਰਖ ਵਿਰਲੀਆਂ ਮਾਵਾਂ ਦੀ ਕੁੱਖ ਤੋਂ ਜਨਮ ਲੈਂਦੇ, ਅਲਵਿਦਾ ਆਖ ਗਏ ਸੰਸਾਰ ਨੂੰ। ਔਰ ਇਤਿਹਾਸ ਕਹਿੰਦਾ ਹੈ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਿਆਂ ਦਾ ਵਚਨ ਪਾਲਿਆ ਸੰਤ ਬਾਬਾ ਠਾਕਰ ਸਿੰਘ ਸਾਹਿਬ ਜੀ ਨੇ, ਉਹ ਬਖਸ਼ਿਸ਼ ਕੀਤੀ ਹੋਈ ਦਸਤਾਰ ਦਮਦਮੀ ਟਕਸਾਲ ਦਾ 14ਵਾਂ ਮੁਖੀ ਥਾਪ ਕੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਿਰ 'ਤੇ ਬਾਬਾ ਠਾਕਰ ਸਿੰਘ ਸਾਹਿਬ ਜੀ ਔਰ ਹੋਰ ਕੌਮ ਦੇ ਜਥੇਦਾਰਾਂ ਨੇ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਸੰਤਾਂ ਨੂੰ ਸੌਂਪ ਕੇ ਉਹ ਦਸਤਾਰ ਉਹਨਾਂ ਦੇ ਸਿਰ 'ਤੇ ਸਜਾ ਦਿੱਤੀ। ਜੀਵਨ ਭਰ ਪਾਬੰਦ ਰਹੇ ਦਮਦਮੀ ਟਕਸਾਲ ਦੇ ਨਿਯਮਾਂ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ। ਜਦੋਂ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲਿਆਂ ਦਾ ਸਿਵਾ ਬਲ ਰਿਹਾ ਸੀ, ਦੱਸਦੇ ਹੈ ਕਿ ਉਸ ਵਕਤ ਉਸ ਮਗਦੇ ਹੋਏ ਸਿਵੇ 'ਤੇ ਖਲੋ ਕੇ
संत जरनैल सिंह पिंडरां वाले ने वचन किया मेरे तो होर कुछ सरे जा ना सरे मैं बचने नरक धारी नूं और होर देह धारियां पखंडियां नूं कूड़ दा प्रचार कदे भी पंजाब की धरती से हिंदुस्तान की धरती से नहीं कर दिया। उस पाई हुई पैड़ ते चलिया संत जरनैल सिंह जदों 13 सिंह शहीद हो गए इतिहास के वर्के कहिंदे आ ਵੀ ਉਸ ਵਕਤ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਰੋਹ ਵਿੱਚ ਆ ਕੇ ਉੱਠਿਆ ਦਮਦਮੀ ਟਕਸਾਲ ਦੇ ਸਿੰਘ ਨਾਲ ਨੇ ਅਖੰਡ ਕੀਰਤਨੀ ਜਥੇ ਦੇ ਸਿੰਘ ਨਾਲ ਨੇ ਇਹਨਾਂ 13 ਸਿੰਘਾਂ ਦੇ ਪਵਿੱਤਰ ਸਰੀਰ ਚੁੱਕੇ ਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਇੱਕ ਰੋਸ ਮਜ਼ਾਰਾ ਬੜੀ ਸ਼ਾਂਤੀ ਦੇ ਨਾਲ ਅੰਮ੍ਰਿਤਸਰ ਦੀ ਧਰਤੀ 'ਤੇ ਕੱਢਿਆ ਗਿਆ ਔਰ ਦੱਸਿਆ ਗਿਆ ਵਕਤ ਦੀ ਸਰਕਾਰ ਨੂੰ ਕੌਮ ਨੂੰ ਜਗਾਇਆ ਗਿਆ ਵੀ ਇੱਥੇ ਦੋਗਲੀ ਨੀਤੀ ਭਾਰਤ ਦੀ ਸਰਕਾਰ ਅਪਣਾ ਰਹੀ ਹੈ ਅਸੀਂ ਇਹਨਾਂ ਦੇ ਨਾਲ ਰਹਿਣਾ ਪਸੰਦ ਕਰਦੇ ਹਾਂ ਜੇ ਬਰਾਬਰ ਦੇ ਹੱਕ ਹਕੂਕ ਬਰਾਬਰ ਦਾ ਕਾਨੂੰਨ ਅਤੇ ਨਿਯਮ ਹੋਵੇ ਜੇ ਤਗਲੇ ਲਈ ਕਾਨੂੰਨ ਹੋਰ ਮਾੜੇ ਲਈ ਹੋਰ ਹੈ ਫਿਰ ਸਾਡੀ ਗੈਰਤ ਨੂੰ ਇਹ ਗੱਲਾਂ ਗਵਾਰਾ ਨਹੀਂ ਆਖਰ ਬਾਬੇ ਸ਼ਹੀਦਾਂ ਦੇ ਅਸਥਾਨ ਦੇ ਲਾਗੇ ਉਹਨਾਂ 13 ਸਿੰਘਾਂ ਦਾ ਅੰਤਿਮ ਸੰਸਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਕੀਤਾ ਹੈ ਬਾਬੇ ਸ਼ਹੀਦਾਂ ਦਾ ਅਸਥਾਨ ਆਪ ਜੀ ਨੇ ਬੜੀ ਵਾਰੀ ਦਰਸ਼ਨ ਕੀਤੇ ਹੋਣਗੇ ਉਹਦੇ ਨਜ਼ਦੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੁਝ ਜ਼ਮੀਨ ਸੀ ਉਸ ਜ਼ਮੀਨ ਦੇ ਵਿੱਚ ਇਹਨਾਂ 13 ਸਿੰਘਾਂ ਦਾ ਅੰਤਿਮ ਸੰਸਕਾਰ ਸਿੱਖੀ ਪਰੰਪਰਾਵਾਂ ਅਤੇ ਰਵਾਇਤਾਂ ਦੇ ਅਨੁਸਾਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕੀਤਾ ਹੈ ਬਲਵਾ ਉੱਠ ਲਿਆ ਸੀ ਇੱਕ ਅੱਗ ਮਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਅੰਦਰ ਬਲ ਰਹੀ ਕੌਣ ਜਾਣਦਾ ਹੈ ਇਸ ਰੋਹ ਦੇ ਵਿੱਚੋਂ ਕਿਹੋ ਜਿਹਾ ਬਲਵਾ ਭਵਿੱਖ ਵਿੱਚ ਪੈਦਾ ਹੋ ਜਿੱਥੇ ਸੰਤ ਮਹਾਨ ਨੇ ਉੱਥੇ ਸੰਤਾਂ ਦੀ ਸ਼ਰਨ ਵਿੱਚ ਰਹਿਣ ਵਾਲੇ ਵੀ ਮਹਾਨ ਨੇ ਕਿਉਂਕਿ ਚੰਗਿਆਂ ਦੀ ਸੰਗਤ ਵਿੱਚ ਬਰਾਜਨ ਵਾਲਾ ਬੈਠਣ ਵਾਲਾ ਉਹ ਅਕਸਰ ਹੀ ਚੰਗੇ ਗੁਣਾਂ ਨੂੰ ਗ੍ਰਹਿਣ ਕਰਦਾ ਹੈ ਜੇ ਕੋਈ ਮਾੜੇ ਦੀ ਸੰਗਤ ਕਰੇ ਉਹ ਮਾੜਾ ਰਸਤਾ ਅਖਤਿਆਰ ਕਰੇਗਾ ਜੇ ਕੋਈ ਚੰਗੇ ਦੀ ਸੰਗਤ ਕਰੇ ਉਹਦੇ ਵਿੱਚ ਗੁਣ ਪ੍ਰਵੇਸ਼ ਕਰ ਜਾਣਗੇ ਉਹ ਵੀ ਸੰਸਾਰ ਵਿੱਚ ਕੋਈ ਮਹਾਨ ਕਾਰਜ ਕਰ ਸਕਦਾ ਹੈ ਮਹਾਨ ਬਣ ਸਕਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਔਰ ਭਾਈ ਸਾਹਿਬ ਭਾਈ ਕਾਬਲ ਸਿੰਘ ਸਾਹਿਬ ਜੀ ਇਹ ਵੀ ਉਸ ਵਕਤ ਮੌਜੂਦ ਸਨ ਜਦੋਂ ਉਹਨਾਂ 13 ਸਿੰਘਾਂ ਦਾ ਅੰਤਿਮ ਸੰਸਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਹੋ ਰਿਹਾ ਇਤਿਹਾਸ ਗਵਾਹੀ ਭਰਦਾ ਹੈ ਭਾਈ ਕਾਬਲ ਸਿੰਘ ਅਤੇ ਭਾਈ ਰਣਜੀਤ ਸਿੰਘ ਦੀ ਗੈਰ ਤੰਗੜਾਈਆਂ ਲੈ ਉੱਠੀ ਜਦੋਂ 13 ਸਿੰਘਾਂ ਦਾ ਬਲਦਾ ਹੋਇਆ ਸਿਵਾ ਇਹਨਾਂ ਨੇ ਵੇਖਿਆ ਲਾਟਾਂ ਅਸਮਾਨ ਨੂੰ ਛੋਹ ਰਹੀਆਂ ਸਨ ਇੱਧਰ ਬਦਲੇ ਦੀ ਅੱਗ ਇਹਨਾਂ ਸੂਰਬੀਰ ਬਹਾਦਰਾਂ ਦੇ ਅੰਦਰ ਬਲਣ ਲੱਗੀ ਕਹਿੰਦੇ ਨੇ ਇਹਨਾਂ ਨੇ ਸ਼ਹੀਦਾਂ ਦੇ ਸਿਵੇ ਦੀ ਸਹੁੰ ਖਾ ਕੇ ਪਰਨ ਕੀਤਾ ਹੇ ਸੱਚੇ ਪਾਤਸ਼ਾਹ ਰਹਿਮਤ ਭਰਿਆ ਹੱਥ ਸਾਡੇ ਗਰੀਬਾਂ ਦੇ ਸਿਰ 'ਤੇ ਰੱਖ ਕੇ ਸੇਵਾ ਲੈਣ ਦਾ ਪਾਤਸ਼ਾਹ ਯਤਨ ਕਰਨਾ ਅਸੀਂ ਅੱਜ ਸ਼ਹੀਦਾਂ ਦੇ ਸਿਵੇ ਦੀ ਸਹੁੰ ਖਾ ਕੇ ਪਰਨ ਕਰਦੇ ਹਾਂ ਬਚਨੇ ਨਰਕ ਧਾਰੀ ਦਾ ਕੰਡਾ ਕੱਢ ਕੇ ਦਮ ਲਵਾਂਗੇ ਕਾਬਲ ਸਿੰਘ ਅਤੇ ਰਣਜੀਤ ਸਿੰਘ ਨੂੰ ਸੇਰਾ ਜਾਂਦਾ ਜਿਨ੍ਹਾਂ ਨੇ 13 ਸਿੰਘਾਂ ਦੇ ਸ਼ਹਾਦਤ ਦਾ ਬਦਲਾ ਦਿੱਲੀ ਪਹੁੰਚ ਕੇ ਬਚਨੇ ਨਰਕ ਧਾਰੀ ਦੀ ਕੋਠੀ ਵਿੱਚ ਪ੍ਰਵੇਸ਼ ਕਰਕੇ ਕਿੰਨੇ ਜਫਰ ਜਾਲੇ ਕਿੰਨੇ ਯਤਨ ਕੀਤੇ ਇਤਿਹਾਸ ਇਹਨਾਂ ਗੱਲਾਂ ਦੀ ਪੁਸ਼ਟੀ ਕਰਦਾ ਹੈ ਭਾਈ ਰਣਜੀਤ ਸਿੰਘ ਲੱਕੜ ਦਾ ਕੰਮ ਜਾਣਦੇ ਸਨ ਨਰਕ ਧਾਰੀ ਦੇ ਮਕਾਨ ਨੂੰ ਦਰਵਾਜ਼ੇ ਲੱਗ ਰਹੇ ਨੇ ਉਸ ਵਕਤ ਉਹ ਕਾਰਜ ਆਪਣੇ ਹੱਥਾਂ ਵਿੱਚ ਲੈ ਕੇ ਇੱਕ ਸ਼ਤੀਰੀ ਨੂੰ ਦਲਬੀਰ ਸਿੰਘ ਲਿਖਦਾ ਵੀ ਵਿਚਾਲਿਓ ਕੱਟ ਕੇ ਉਹਦੇ ਵਿੱਚ ਰਾਈਫਲ ਫਿੱਟ ਕਰਕੇ ਜਿਵੇਂ ਡੈਰੀ ਵਿੱਚ ਪਿਸਤੌਲ ਲਗਾ ਕੇ ਊਧਮ ਸਿੰਘ ਨੇ ਅਡਵੈਰ ਦੀ ਹਿੱਕ ਵਿੱਚ ਗੋਲੀਆਂ ਮਾਰ ਕੇ ਕੌਮੀ ਅਪਮਾਨ ਦਾ ਬਦਲਾ ਲਿਆ ਇਸ ਤਰੀਕੇ ਦੇ ਨਾਲ ਉਸ ਰਵਾਇਤ ਦੇ ਉਸ ਪਰੰਪਰਾ ਦੇ ਪਹਿਰੇਦਾਰ ਬਣੇ ਸ਼ਤੀਰੀ ਨੂੰ ਵਿਚਾਲਿਓ ਕੱਟ ਕੇ ਉਹਦੇ ਵਿੱਚ ਕਰਕੇ ਰਾਈਫਲ ਫਿੱਟ ਭਾਈ ਕਾਬਲ ਸਿੰਘ ਭਾਈ ਰਣਜੀਤ ਸਿੰਘ ਸਾਹਿਬ ਜੀ ਇਤਿਹਾਸ ਕਹਿੰਦਾ ਹੈ ਨਰਕ ਧਾਰੀ ਦੀ ਕੋਠੀ ਵਿੱਚ ਅਸਲਾ ਖੜਦੇ ਇੱਕ ਉਹ ਮੁਕਾਮ ਆਇਆ ਉਹ ਵਕਤ ਆਇਆ ਜਦੋਂ ਉਹ ਜ਼ਾਲਮ ਕੌਮ ਦਾ ਨੁਕਸਾਨ ਕਰਨ ਵਾਲਾ ਔਰ ਸਿੱਖ ਸਿਧਾਂਤਾਂ ਦੀਆਂ ਉਲੰਘਣਾ ਕਰਨ ਵਾਲਾ ਸਿੱਖੀ ਰਵਾਇਤ ਦੀਆਂ ਧੱਜੀਆਂ ਉਡਾਉਣ ਵਾਲਾ ਨਰਕ ਧਾਰੀ ਇਹਨਾਂ ਦੇ ਮੱਥੇ ਲੱਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੰਕਾਰੇ ਛੱਡ ਕੇ ਇਹਨਾਂ ਦੋਵਾਂ ਮਰਦਾਂ ਨੇ ਉਹਦੀ ਹਿੱਕ ਵਿੱਚ ਗੋਲੀਆਂ ਮਾਰ ਕੇ ਕੌਮੀ ਅਪਮਾਨ ਦਾ ਬਦਲਾ ਲਿਆ ਹਿਸਟਰੀ ਵਿੱਚ ਐਸੀ ਪੈੜ ਛਾਪੀ ਐਸਾ ਕਰਨੀ ਨਾਮਾ ਉਲੀਕ ਦਿੱਤਾ ਜਦੋਂ ਤੱਕ ਦੁਨੀਆ ਰਹਿ ਗਈ ਕਿਆਮਤ ਤੱਕ ਹਸ਼ਰ ਤੱਕ ਸੰਸਾਰ ਦੇ ਲੋਕ ਇਹੋ ਜਿਹੇ ਸੂਰਬੀਰ ਬਹਾਦਰਾਂ ਦੇ ਸੋਹਲੇ ਇਸੇ ਤਰ੍ਹਾਂ ਗਾਉਂਦੇ ਰਹਿਣਗੇ ਇਤਿਹਾਸ ਨੂੰ ਵਾਜ ਕੇ ਵੇਖੋ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਪੰਜਾਬ ਦੀ ਧਰਤੀ 'ਤੇ ਵਿਚਰ ਵਿਚਰ ਕੇ ਇਹ ਪਖੰਡੀ ਦੇਹ ਧਾਰੀ ਕੀ ਕਰਦੇ ਨੇ ਕਿਹੜੀਆਂ ਕਿਹੜੀਆਂ ਗੱਲਾਂ ਦੇ ਨਾਲ ਕੌਮ ਦਾ ਨੁਕਸਾਨ ਹੈ ਕਿਹੜੀਆਂ ਨਾਲ ਫਾਇਦਾ ਹੈ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਕੌਮ ਨੂੰ ਇੱਕ ਪਲੇਟਫਾਰਮ 'ਤੇ ਇਕੱਤਰ ਕਰੀ ਜਾਂਦੇ ਸੰਤ ਜੀ ਬਿਆਨ ਦਿੰਦੇ ਸਨ ਬਚਨ ਕਰਦੇ ਸਨ ਅਸੀਂ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ
ਪਰ ਰਹਿਣਾ ਬਰਾਬਰ ਦੇ ਹੱਕ ਲੈ ਕੇ ਚਾਹੁੰਦੇ। ਇਹ ਨਹੀਂ ਸਾਡੇ ਲਈ ਕਾਨੂੰਨ ਹੋਰ ਹੋਵੇ, ਹਿੰਦੂਆਂ ਲਈ ਕਾਨੂੰਨ ਹੋਰ ਹੋਵੇ, ਇਹ ਗੱਲਾਂ ਸਾਨੂੰ ਪ੍ਰਵਾਨ ਨਹੀਂ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਜੇ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਵੀ ਖਾਲਿਸਤਾਨ ਤੁਸੀਂ ਮੰਗਦੇ ਹੋ, ਤਾਂ ਸੰਤ ਜਵਾਬ ਦਿੰਦੇ ਸਨ ਅਸੀਂ ਮੰਗਦੇ ਨਹੀਂ, ਪਰ ਜੇ ਸਰਕਾਰ ਦੇਵੇ ਤਾਂ ਅਸੀਂ ਇਨਕਾਰ ਵੀ ਨਹੀਂ ਕਰਾਂਗੇ। ਬੜੀ ਉੱਚ ਅਵਸਥਾ ਦੇ ਮਾਲਕ ਸਨ ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ। ਕੌਮ ਨੂੰ ਪ੍ਰੇਰ ਪ੍ਰੇਰ ਕੇ ਖੰਡੇ ਬਾਟੇ ਦੀ ਪੌਲ ਦੇ ਕੇ ਹਿੰਦੁਸਤਾਨ ਦੀ ਧਰਤੀ 'ਤੇ ਵੱਖ ਵੱਖ ਥਾਵਾਂ 'ਤੇ ਗੁਰਮਤ ਸਮਾਗਮ ਰੱਖ ਕੇ ਉਹ ਕੌਮ ਨੂੰ ਜਗਾਉਂਦੇ ਸਨ, ਕੌਮ ਨੂੰ ਗੁਰੂ ਦੇ ਪਾਵਨ ਚਰਨਾਂ ਦੇ ਨਾਲ ਲਾਉਂਦੇ ਨੇ। ਸੰਤਾਂ ਦੇ ਯੁੱਗ ਵਿੱਚ ਅੰਮ੍ਰਿਤਧਾਰੀ ਸਿੰਘਾਂ ਦੀ ਗਿਣਤੀ ਬਹੁਤ ਵਧਣ ਲੱਗੀ। ਪੱਤਰਕਾਰ ਖੁਸ਼ਵੰਤ ਸਿੰਘ ਇੱਕ ਕਿਤਾਬ ਲਿਖਦਾ ਪੰਜਾਬ ਦਾ ਦੁਖਾਂਤ, ਜ਼ਿਕਰੇ ਖਾਸ ਉਹਦੇ 'ਚ ਉਹਨੇ ਗੱਲ ਲਿਖੀ ਹੈ, ਕਹਿੰਦਾ 2.5 ਲੱਖ ਪੰਜਾਬੀ ਮੁੰਡਿਆਂ ਦੀ ਲਿਸਟ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਹੱਥਾਂ ਵਿੱਚ ਸੀ, ਜਿਹੜੇ ਕੌਮ ਦੀ ਵਿਗੜੀ ਸਵਾਰਨ ਵਾਸਤੇ ਮਰਨ ਮਾਰਨ ਲਈ ਤਿਆਰ ਸਨ। ਸੰਤ ਜੀ ਨੇ ਪੜ੍ਹਾਇਆ ਸੀ ਮੇਰੀ ਕੌਮ ਨੂੰ, ਬਹਾਦਰੋ ਜੇ ਜਿਉਣਾ ਹੈ ਗੈਰਤ ਨਾਲ ਜਿਉਣਾ, ਮਰਦਾਂ ਦੀ ਮੌਤ ਮਰਨਾ ਪ੍ਰਵਾਨ ਕਰ ਲਿਓ, ਧਰਮ ਨੂੰ ਕਲੰਕਿਤ ਨਾ ਕਰਿਓ, ਤੁਹਾਡੀ ਆਉਣ ਵਾਲੀ ਨਸਲ, ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਤੁਹਾਨੂੰ ਸਵਾਲ ਕਰਿਆ ਕਰਨਗੀਆਂ, 47 ਵਿੱਚ ਆਜ਼ਾਦੀ ਲੈਣ ਵਾਲਿਓ, ਹਿੰਦੂਆਂ ਦੀ ਗੁਲਾਮੀ ਗਲੋਂ ਲਾਉਣ ਵਾਸਤੇ ਤੁਸੀਂ ਕੋਈ ਹਰਬਾ ਨਾ ਵਰਤਿਆ, ਕੋਈ ਯਤਨ ਨਾ ਕੀਤਾ, ਸੁੱਤੀ ਹੋਈ ਕੌਮ ਨੂੰ ਜਗਾ ਦਿੱਤਾ ਹੈ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ। ਇਤਿਹਾਸ ਕਹਿੰਦਾ 2.5 ਲੱਖ ਮੁੰਡਿਆਂ ਦੀ ਲਿਸਟ ਸੰਤਾਂ ਦੇ ਹੱਥਾਂ 'ਚ, ਉਸ ਮਰਦ ਦੇ ਇੱਕ ਇਸ਼ਾਰੇ 'ਤੇ ਹਰ ਗੁਰੂ ਕਾ ਲਾਲ ਕੁਰਬਾਨੀ ਕਰਨ ਵਾਸਤੇ ਤਿਆਰ ਸੀ। ਸਕੇ ਪਿਓ ਦੇ ਆਖੇ ਸਕਾ ਪੁੱਤਰ ਨਹੀਂ ਲੱਗਦਾ, ਅੱਜ ਯੁੱਗ ਇਹੋ ਜਿਹਾ ਆ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਕਿੰਨਾ ਗੁਣੀ ਮਨੁੱਖ ਹੋਏਗਾ, ਕਿੱਡਾ ਵੱਡਾ ਧਰਮੀ ਹੋਏਗਾ, ਉਹਦੇ ਇੱਕ ਇਸ਼ਾਰੇ 'ਤੇ 2.5 ਲੱਖ ਪੰਜਾਬ ਦਾ ਬਾਂਕਾ ਗੱਭਰੂ ਕੁਰਬਾਨੀ ਕਰਨ ਵਾਸਤੇ ਸਦੀਵੀ ਤਤਪਰ ਤਿਆਰ ਰਹਿੰਦਾ ਸੀ। ਸੰਤ ਜਰਨੈਲ ਸਿੰਘ ਬੇਖੌਫ ਪੰਜਾਬ ਦੀ ਧਰਤੀ 'ਤੇ ਵਿਚਰਦੇ। ਸਾਕਾ ਨੀਲਾ ਤਾਰਾ ਕਿਉਂ ਵਾਪਰਿਆ? ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇੱਕ ਨਵੀਂ ਰੂਹ ਕੌਮ ਦੇ ਵਿੱਚ ਫੂਕ ਦਿੱਤੀ। ਹਰ ਗੁਰੂ ਕਾ ਲਾਲ ਜਗਿਆਸਾ ਵਿੱਚ ਆਇਆ, ਜਾਗ ਚੁੱਕੀ ਸੀ ਪੂਰੀ ਕੌਮ, ਹਰ ਬੰਦਾ ਹੱਥਾਂ ਵਿੱਚ ਲੈ ਕੇ ਹਥਿਆਰ ਕੌਮੀ ਹੱਕਾਂ ਦੀ ਗੱਲ ਕਰਨ ਲੱਗਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਯੁੱਗ ਵਿੱਚ। ਮੈਂ ਤੇ ਸੰਤਾਂ ਦਾ ਹੈੱਡਕੁਆਟਰ ਹੈ ਜਿੱਥੇ ਸੰਗਤ ਯਾਦ ਕਰਦੀ ਹੈ ਕੇਸਰੀ ਝੰਡੇ ਦੇ ਥੱਲੇ ਕੌਮ ਨੂੰ ਲਿਆਉਣ ਵਾਸਤੇ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਹਰ ਹਰਬਾ ਵਰਤਦੇ ਹੈ, ਹਰ ਯਤਨ ਕਰਦੇ। ਮੈਂ ਇੱਕ ਸੰਤਾਂ ਦੀ ਇੱਕ ਤਿਆਰੀ ਦੀ ਤਸਵੀਰ ਇੱਕ ਬੈਂਤ ਛੰਦ ਦੇ ਰੂਪ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਕੇ ਪ੍ਰਕਰਨ ਨੂੰ ਅਗੇਰੇ ਤੋਰਨ ਦਾ ਯਤਨ ਕਰਨਾ ਹੈ। ਆਪਣੇ ਨਜ਼ਰੀਏ ਨੂੰ ਇੱਕ ਵਾਰ ਕੇਂਦਰਿਤ ਕਰੀਏ ਮਹਿਤਾ ਚੌਂਕ, ਜਿੱਥੇ ਸੰਤਾਂ ਦਾ ਹੈੱਡਕੁਆਟਰ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਚਿਹਰੇ ਦਾ ਜਲਾਲ ਤੱਕਿਆ ਨਹੀਂ ਜਾਂਦਾ, ਨੇਤਰਾਂ ਦਾ ਤੇਜ ਇੰਨਾ ਹੈ, ਸੰਤਾਂ ਨਾਲ ਵਿਚਰਨ ਵਾਲੇ ਲੋਕ ਅੱਜ ਵੀ ਸਮਾਜ ਵਿੱਚੋਂ ਮਿਲਦੇ ਹੈ, ਉਹ ਦੱਸਦੇ ਹੈ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣਾ, ਇਹ ਕਿਸੇ ਵਿੱਚ ਹਿੰਮਤ ਨਹੀਂ ਸੀ, ਇੰਨਾ ਰੋਹਬ ਵਾਲਾ ਚਿਹਰਾ, ਇੰਨੇ ਜਵੇ ਵਾਲੀ ਸ਼ਖਸੀਅਤ ਸਨ ਸੰਤ ਬਾਬਾ ਜਰਨੈਲ ਸਿੰਘ। ਗਜ ਗਜ ਲੰਮੀਆਂ ਸੰਤਾਂ ਦੀਆਂ ਬਾਹਾਂ, ਹੱਥਾਂ ਵਿੱਚ ਤੀਰ, ਚਿੱਟਾ ਬਾਣਾ ਪਹਿਨਦੇ ਨੇ, ਨੀਲੀ ਦਸਤਾਰ ਸਿਰ 'ਤੇ ਰੱਖਦੇ ਨੇ, ਪਸਤੌਲ ਉੱਪਰ ਦੀ ਵੱਡੀ ਸ੍ਰੀ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਤਿਆਰੀ ਕੀਤੀ ਹੈ ਮਹਿਤੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣ ਵਾਸਤੇ। ਮੈਂ ਅੱਗੇ ਗੁਣ ਕੀਤਾ ਹੈ, ਗੱਲ ਕੀਤੀ ਹੈ ਵੀ ਜਿਹੋ ਜਿਹਾ ਗੁਣੀ ਮਨੁੱਖ ਹੋਏਗਾ ਉਹਦੀ ਸੰਗਤ ਵਿੱਚ ਰਹਿਣ ਵਾਲੇ ਵੀ ਉਹੋ ਜਿਹੇ ਗੁਣ ਆਪਣੇ ਜੀਵਨ ਵਿੱਚ ਗ੍ਰਹਿਣ ਕਰਦੇ। ਸੰਤਾਂ ਦੀ ਸ਼ਰਨ ਵਿੱਚ ਰਹਿੰਦਾ ਭਾਈ ਸਾਹਿਬ ਭਾਈ ਅਮਰੀਕ ਸਿੰਘ, ਭਾਈ ਸੁਰਿੰਦਰ ਸਿੰਘ ਸੋਢੀ ਔਰ ਹੋਰ ਚੜ੍ਹਦੀ ਕਲਾ ਵਾਲੇ ਗੁਰੂ ਕੇ ਲਾਲ ਜੋ ਕੌਮ ਦੀ ਵਿਗੜੀ ਸਵਾਰਨ ਵਾਸਤੇ ਯਤਨਸ਼ੀਲ ਸਨ, ਆਪਣੀਆਂ ਗਤੀਵਿਧੀਆਂ ਉਹਨਾਂ ਨੇ ਜਾਰੀ ਰੱਖੀਆਂ। ਸੰਤ ਤਿਆਰ ਹੋਏ ਨੇ ਨਾਲ ਜੁਝਾਰੂ ਸਿੰਘਾਂ ਦਾ ਵਹੀਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਹੈ। ਅੰਮ੍ਰਿਤਸਰ ਸਾਹਿਬ ਤੋਂ ਇੱਕ ਕਾਰ ਵਿੱਚ ਕੌਮ ਦਾ ਮਾਨ ਹੈ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਅਸਵਾਰ ਹੋਇਆ ਹੈ। ਤੱਕੀਏ ਜੁਝਾਰੂਆਂ ਦੀ ਕਾਰ ਨੂੰ ਸੜਕ ਵੱਜਾ ਮਹਿਤੇ ਹੈੱਡਕੁਆਟਰ ਤੋਂ ਅੰਮ੍ਰਿਤਸਰ ਵੱਲ ਨੂੰ, ਇਹ ਜੁਝਾਰੂਆਂ ਦੀ ਕਾਰ ਹਵਾ ਨਾਲ ਗੱਲਾਂ ਕਰਦੀ ਸ਼ੂਕਦੀ ਹੋਈ ਜਿਵੇਂ ਜਾ ਰਹੀ ਹੈ, ਉਸ ਵਕਤ ਦਾ ਵੇਰਵਾ ਸਭਰਾਈਆਂ ਦਾ ਜਥਾ ਇਹਨਾਂ ਸ਼ਬਦਾਂ ਵਿੱਚ ਕਿਉਂ ਬਿਆਨ ਕਰ ਰਿਹਾ ਹੈ। ਤੁਰੇ ਮੈਥਿਓ ਅੰਮ੍ਰਿਤਸਰ ਵੱਲ ਨੂੰ, ਬੱਬਲ ਸ਼ੇਰ ਤੇ ਸਾਥੀ ਗੁਰ ਨਾਲ ਵੀਰੋ, ਜਿਹੜਾ ਮਰਦ ਦਾ ਸੂਰਜ ਦੇ ਵਾਂਗ ਭਖਦਾ ਜੱਗੋਂ ਵੱਖਰੀ ਚੜ੍ਹਤ ਕਮਾਲ ਵੀਰੋ,
ਬੱਬਰ ਸ਼ੇਰ ਤੇ ਸਾਥੀ ਕੁਝ ਨਾਲ ਵੀਰੋ ਚਿਹਰਾ ਮਰਦ ਦਾ ਸੂਰਜ ਦੇ ਵਾਂਗ ਪਖਦਾ ਜੱਗੋ ਵੱਖਰੀ ਚੜ੍ਹਤ ਕਮਾਲ ਵੀਰੋ ਜੀਦੇ ਰੋਪ ਤੋਂ ਡਰਦੀ ਸਰਕਾਰ ਕੰਬੇ ਪਿੰਡਰਾ ਵਾਲਾ ਹੈ ਵਿੱਚ ਅਸਵਾਰ ਪਾਈ ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਰ ਪਾਈ ਉੱਚਾ ਕੱਦ ਤੇ ਲੰਮੀਆਂ ਸਨ ਪਾਵਾਂ ਅੱਗ ਜੋਸ਼ ਦੀ ਨੈਣਾ ਚੋਂ ਭੜਕਦੀ ਹੈ ਤਗੜੇ ਹਾਕਮਾਂ ਦਾ ਸਾਹ ਸੁੱਕ ਜਾਂਦਾ ਬਿਜਲੀ ਮੌਤ ਦੀ ਸਰੀਜਾਂ ਕੜਕਦੀ ਹੈ ਉਹ ਮੁਖੀ ਚੌਕਵਾਂ ਦਮ ਦਮੀ ਸੰਸਦਾ ਦਾ ਕਹਿਣੀ ਕਰਨੀ ਦਾ ਪੂਰਾ ਸਰਦਾਰ ਪਾਈ ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦੱਸਣ ਬਾਰ ਪਾਈ ਸਾ ਦਿੱਲੀ ਦਰਬਾਰ ਦਾ ਪਿਆ ਸੁੱਕਾ ਗਿੱਦੜ ਸ਼ੇਰ ਨੂੰ ਫੜਨ ਲਈ ਸੋਚਦੇ ਨੇ ਬੁਝਦਿਲ ਝੁਕ ਕੇ ਜੂਣ ਨੂੰ ਲੋਚਦੇ ਨੇ ਮਰਦ ਗੈਰਤ ਨਾਲ ਜੂਣ ਨਾ ਲੋਚਦੇ ਨੇ ਵਾਲੇ ਦਾ ਸਿੱਖ ਸਰਦਾਰ ਭਾਈ ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਰ ਭਾਈ ਪੈਸਾ ਫੂਕੇ ਗਰੀਬ ਕਚਹਿਰੀਆਂ ਚ ਫਿਰ ਵੀ ਕੋਈ ਇਨਸਾਫ ਦੀ ਆਸ ਨਹੀਂ ਸੀ ਪਿੰਡਰਾਂ ਵਾਲੇ ਦੇ ਲੱਗੇ ਦਰਬਾਰ ਵਿੱਚੋਂ ਮੁਰਦਾ ਕੋਈ ਸਵਾਲੀ ਨਿਰਾਸ ਨਹੀਂ ਸੀ ਸਾਰੇ ਗਰਜੇ ਆਪਣੀ ਆਪਣੀ ਸਾਰ ਪਾਈ ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਰ ਪਾਈ ਭੁੱਲਣ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ ਭੁੱਲਣ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ ਕਿਹੜੀ ਗੱਲ ਤੋਂ ਸੰਤਾਂ ਹਥਿਆਰ ਰੱਖੇ ਛੇਵੇਂ ਗੁਰਾਂ ਨੇ ਕੀਤਾ ਸਿਧਾਂਤ ਸ਼ਸਤਰ ਰੱਖੇ ਸੀ ਨਾਲ ਸਤਕਾਰ ਰੱਖੇ ਸਤਰ ਜਿਆ ਚੰਗੀ ਫੌਜ ਰੱਖੀ ਰੋਕਣ ਵਾਸਤੇ ਅਤਿਆਚਾਰ ਪਾਈ ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਰ ਪਾਈ ਤੀਰ ਹੱਥ ਵਿੱਚ ਸੰਤਾਂ ਦੇ ਦੱਸਦਾ ਸੀ ਰਾਜ ਕੀਤਾ ਤੇ ਖਾਲਸੇ ਰਾਜ ਕਰਨਾ ਦਿੱਲੀ ਜਿੱਤ ਕੇ ਦੱਖਣਾ ਵਿੱਚ ਦੇਣੀ ਝੁਕਣ ਵਾਲਿਆਂ ਨਾਲ ਲਿਹਾਜ ਕਰਨਾ ਚੰਡੇ ਕੇਸਰੀ ਦੇ ਥੱਲੇ ਹੋਵੋ ਇਕੱਠੇ ਹੋਵੋ ਇਕੱਠੇ ਕਰਦਾ ਸੂਰਮਾ ਨਿੱਤ ਪ੍ਰਚਾਰ ਪਾਈ ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਰ ਪਾਈ ਸਾਥੀ ਸੋਢੀ ਤੇ ਭਾਈ ਅਮਰੀਕ ਸਿੰਘ ਚੱਤੋ ਪੈਰ ਸੀ ਸੰਤਾਂ ਦੇ ਨਾਲ ਰਹਿੰਦੇ ਕਾਬਲ ਸਿੰਘ ਵਰਗੇ ਦੈਵਮੰਦ ਸੂਰੇ ਬਣ ਕੇ ਸਦਾ ਸੀ ਸੰਤਾਂ ਦੀ ਢਾਲ ਰਹਿੰਦੇ ਅਮਰਜੀਤ ਸਿਆ ਮੌਤ ਵੀ ਜ਼ਿੰਦਗੀ ਹੈ ਮਰਦ ਮਰਨ ਨੂੰ ਰਹਿਣ ਤਿਆਰ ਪਾਈ ਜਾਂਦੀ ਸ਼ੂਕ ਦੀ ਕਾਰਜ ਜਾਰੂਆਂ ਦੀ ਗੰਨਾ ਸ਼ੀਸ਼ਿਆਂ ਚੋਂ ਦਿਸਣ ਬਾਰ ਪਾਈ ਅਮਰਜੀਤ ਸਿਆ ਮੌਤ ਵੀ ਜ਼ਿੰਦਗੀ ਹੈ ਮਰਦ ਮਰਨ ਨੂੰ ਰਹਿਣ ਤਿਆਰ ਭਾਈ ਜਾਂਦੀ ਸ਼ੂਕ ਦੀ ਕਾਰ ਜੁਝਾਰੂਆਂ ਦੀ ਗੱਲਾਂ ਗੰਨਾ ਸ਼ੀਸ਼ਿਆਂ 'ਚੋਂ ਦਿਸਣ ਬਾਰ ਭਾਈ ਸੰਤਾਂ ਨੇ ਕੌਮ ਨੂੰ ਮਰਨਾ ਸਿਖਾ ਦਿੱਤਾ ਜਿਉਂਦਾ ਉਹਨੂੰ ਆਉਂਦਾ ਜਿਉਣਾ ਉਹਨੂੰ ਆਉਂਦਾ ਹੈ ਜਿਹਨੂੰ ਮਰਨਾ ਆ ਜਾਏ ਜਿਹਨੂੰ ਮਰਨਾ ਨਹੀਂ ਆਉਂਦਾ ਉਹ ਸਵਾਦ ਨਾਲ ਕਦੇ ਸਤਸੰਗਤ ਜ਼ਿੰਦਗੀ ਵੀ ਨਹੀਂ ਗੁਜ਼ਾਰ ਸਕਦਾ